ਵੱਡਾ ਮੱਲ ਪਹੁੰਚ ਗਿਆ ਰੂਬਲ ਖੰਨਾ ਅਜਰਾ ਵਾਰਡ ਸੋ ਐਸਪੀ ਮੁਕੇਸ਼ ਖੰਨਾ ਜੀ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆ ਉਸਤਾਦ ਲੋਕ ਸੋ ਉਹਨਾਂ ਦਾ ਧੰਨਵਾਦ ਰੂਬਲ ਖੰਨਾ ਭਾਰਤ ਕੇਸਰੀ ਲੈ ਬਾਈ ਇੱਕ ਮਿੰਟ ਜੀ ਰੰਦਾਵਾ ਜੀ ਹਾਂਜੀ ਬਾਈ ਕਰਨ ਚੱਲ ਨੌਜਵਾਨ ਦਾ ਮੈਦਾਨ ਦੇ ਵਿੱਚ ਟੋਲੀ ਬਈ ਦਰਸ਼ਕੋ ਹੁਣ ਜਿਹੜਾ ਮੁਕਾਬਲਾ ਹੋਣ ਲੱਗਾ ਬਈ ਕਰਨ ਨੌਜਵਾਨਾਂ ਹੱਥ ਖੜਾ ਕਰੀ ਕਰਨ ਦੂਜੇ ਪੱਕੇ ਰਿੰਕੂ ਸਵਾਰ ਬਈ ਕੁਸ਼ਤੀ ਦੇਖਿਓ ਕਰੰਟ ਦੇਖਿਓ ਕਿਉਂਕਿ ਬੱਬਰ ਸ਼ੇਰ ਹੈ ਘੱਟ ਕੋਈ ਨਹੀਂ ਸਮੇਂ ਦੇ ਸਟਾਰ ਹੈ ਮਾਮਾ ਦੇ ਪੁੱਤ ਹੈ ਕਿ ਪੱਟਾਂ ਵਿੱਚ ਜਾਨ ਹੋਵੇ ਡੋਲਿਆਂ ਤੇ ਮਾਣ ਹੋਵੇ ਲੋਕੀ ਤਾਂ ਪੁੱਛਦੇ ਸਰਨਾਮਾ ਕਿ ਰੂਬਲ ਖੰਨੇ ਵਰਗੇ ਬਿਰਲੇ ਪੁੱਤ ਜੰਮਦੀਆਂ ਮਾਮਾ ਕਿ ਸਾਬੇ ਕੁਹਾੜੀ ਵਰਗੇ ਬਿਰਲੇ ਪੁੱਤ ਜੰਮਦੀਆਂ ਮਾਮਾ ਬੱਬਰ ਸ਼ੇਰਾਂ ਦੀ ਟੱਕਰ ਤਾੜੀ ਜ਼ੋਰ ਨਾਲ ਲਾ ਦਿਓ ਜ਼ੋਰ ਨਾਲ ਲਾ ਦਿਓ ਜ਼ੋਰ ਨਾਲ ਲਾ ਦਿਓ ਵਾਹ ਇੱਕ ਪੱਖੇ ਕਰਨਾ ਦੂਜੇ ਪੱਖੇ ਨੌਜਵਾਨ ਰਿੰਕੂ ਸਵਾਰ ਹੈ ਕਿ ਬੜਾ ਵਧੀਆ ਮੁਕਾਬਲਾ ਬੜਾ ਵਧੀਆ ਮੁਕਾਬਲਾ ਅੱਜ ਮੈਦਾਨ ਦੇ ਵਿੱਚ ਵਾਹ ਪੂਰੀ ਬੱਲੇ ਬੱਲੇ ਹੈ ਪੂਰੀ ਬੱਲੇ ਬੱਲੇ ਸਟਾਰਾਂ ਦੀ ਗੱਲ ਵਾਹ ਵੱਡਾ ਯੁੱਧ ਹੈਲੋ ਲਵਪ੍ਰੀਤ ਲਵਪ੍ਰੀਤ ਦੇ ਪ੍ਰਿੰਸ ਕਹਾਲੀ ਪਹਿਲੇ ਤਾਂ ਮੈਂ ਬੇਨਤੀ ਕਰਦਾ ਲਵਪ੍ਰੀਤ ਪਹਿਲਵਾਨ ਖੜ ਜਾਵੇ ਭੱਜ ਕੇ ਆ ਜਾਵੇ ਲਵਪ੍ਰੀਤ ਪਹਿਲਵਾਨ ਲਵਪ੍ਰੀਤ ਤੇ ਨਾਲ ਮੈਂ ਬੇਨਤੀ ਕਰਦਾ ਕੁਹਾਲੀ ਵਾਲਾ ਪ੍ਰਿੰਸ ਆ ਜਾਵੇ ਬਈ ਕੁਹਾਲੀ ਵਾਲਾ ਪ੍ਰਿੰਸ ਆ ਵੀ ਕੁਸ਼ਤੀ ਬਈ ਬਹੁਤ ਬਹੁਤ ਸਿਰੇ ਦੀ ਕੁਸ਼ਤੀ ਆ ਛੋਟੀ ਰੁਮਾਲੀ ਆ ਇਹ 41,000 ਦੀ ਤਾੜੀ ਖੁੱਲ ਕੇ ਮਾਰ ਦਿਓ ਜਰਾ ਮਾਰੋ ਦਾੜੀ ਛੋਟੀ ਰੁਮਾਲੀ ਦੇ ਵੱਡੇ ਮਾਲਾ 41,000 ਬਹੁਤ ਸਿਰੇ ਦਾ ਜਿਹੜਾ ਅੱਜ ਬੁੱਢਾਬੜ ਨਗਰ ਵਾਲਿਆਂ ਨੇ ਬਾਈ ਸਿਰਾ ਕਰਾਤਾ ਇੱਧਰ ਸਵਾਰ ਮੈਂ ਬੇਨਤੀ ਕਰਦਾ ਰਾਣਾ ਕੁਹਾਲੀ ਤੇ ਅਮਿਤ ਚੰਡੀਗੜ੍ਹ ਇਹ ਅਗਲੀ ਕੁਸ਼ਤੀ ਜਿਹੜੀ ਆ ਉਹ ਪਹਿਲਵਾਨ ਖੜੇ ਜਾਣਗੇ ਮਾਈਕ ਓਵਰ ਟੂ ਮੋਨੂ ਵਾਹ ਜੀ ਉਧਰਲੇ ਪੱਖੇ ਰਿੰਕੂ ਸਵਾਰ ਵਾਹ ਕਿ ਪੇਚੇ ਪੈ ਗਏ ਨਾਲ ਬਗਾਨੇ ਪਤਾ ਲੱਗੂਗਾ ਵਿੱਚ ਮੈਦਾਨੇ ਪਤਾ ਲੱਗੂਗਾ ਵਿੱਚ ਮੈਦਾਨੇ ਇੱਕ ਪੱਖੇ ਨੌਜਵਾਨ ਵਾਹ ਨਹਿਰੀਸਾ ਇਹ ਹੈ ਪਹਿਲਵਾਨੀ ਅੱਜ ਬੁੱਢੇਬੜ ਦੀ ਧਰਤੀ ਤੇ ਵਾਹ ਇੱਕ ਪੱਖੇ ਰਿੰਕੂ ਸਵਾਰ ਹੈ ਦੂਜੇ ਪੱਖੇ ਨੌਜਵਾਨ ਵਾਹ ਵਾਹ ਕੀ ਬਾਤ ਸ਼ਾਬਾਸ਼ ਸ਼ਾਬਾਸ਼ ਬਹੁਤ ਅੱਛੇ ਟੋਲੀ ਟੋਲੀ ਵੀਰ ਟੋਲੀ ਬਈ ਦਰਸ਼ਕੋ ਹੁਣ ਹਿੰਦੁਸਤਾਨ ਦਾ ਉਹ ਹੀਰਾ ਭਾਰਤ ਕੇਸਰੀ ਜਿਹਨੇ ਪੂਰੇ ਹਿੰਦੁਸਤਾਨ ਦਾ ਨਾਮ ਮੁਲਕਾਂ 'ਚ ਰੋਸ਼ਨ ਕੀਤਾ ਹੈ ਆਲ ਵਰਲਡ 'ਚ ਰੋਸ਼ਨ ਕੀਤਾ ਹੈ ਮੈਂ ਆਵਾਜ਼ ਦਿਆਂਗਾ ਆ ਜਾ ਵੀ ਰੂਬਲ ਖੰਨਾ ਮੈਦਾਨ 'ਚ ਆ ਜਰਾ ਭੱਜ ਕੇ ਇੱਕ ਵਾਰੀ ਫਿਰ ਤੋਂ ਕਿਉਂਕਿ ਦੁਨੀਆ ਜਾਣਦੀ ਹੈ ਬਈ ਤਾੜੀ 'ਚ ਕਮੀ ਨਾ ਹੋਵੇ ਤਾੜੀ ਕੋਈ ਛੋਟਾ ਮੋਟਾ ਪਲੇਅਰ ਨਹੀਂ ਰਵੀ ਜੀ ਤਾੜੀ ਲਾ ਦਿਓ ਸਟਾਰ ਹੈ ਇਹ ਪਹਿਲਵਾਨ ਹੈ ਇਹ ਚੜ੍ਹਦੀ ਬਰੇਸ ਹੈ ਵਾਹ ਬਈ ਪਹਿਲਵਾਨ ਜੀ ਇੱਕ ਮਿੰਟ ਅੰਦਰ ਹੀ ਟੋਲੀ ਟੋਲੀ ਬਈ ਸਾਬਾ ਕੁਹਾਲੀ ਨੌਜਵਾਨਾਂ ਇਹ ਵੀ ਭਾਰਤ ਕੇਸਰੀ ਕੋਈ ਛੋਟਾ ਮੱਲ ਨਹੀਂ ਕਦੇ 4-4 ਲੱਖ ਤੇ ਕੁੱਲਦਾ ਕਦੇ 10-10 ਲੱਖ ਤੇ ਕਦੇ 20-20 ਲੱਖ ਤੇ ਤਾੜੀ ਜ਼ੋਰ ਨਾਲ ਲਾ ਦਿਓ ਇੱਕ ਮਿੰਟ ਪਹਿਲਵਾਨ ਜੀ ਇੱਥੇ ਰੁਕੇ ਇੱਕ ਮਿੰਟ ਪਹਿਲਵਾਨ ਜੀ ਆ ਜਿਹੜੇ ਦੋ ਮਾਲਾ ਅਲੱਗ ਅਲੱਗ ਦਿਸ਼ਾਵਾਂ ਦੇ ਬੁੱਢਾਬੜ ਵਾਲਿਆਂ ਨੇ ਰੁਮਾਲੀ ਦੱਸਿਆ ਕਿੰਨੇ ਦੀ ਰੱਖੀ 1,01,000 ਦੀ ਰੁਮਾਲੀ ਤਾੜੀ ਖੁੱਲ ਕੇ ਮਾਰ ਦਿਓ 1,01,000 ਦੀ ਰੁਮਾਲੀ ਐਨ ਗੱਲ ਟਿਕਾਣੇ ਲੱਗਣੀ ਆ ਸਾਬਾ ਕੁਹਾਲੀ ਤੇ ਖੰਨੇ ਵਾਲਾ ਰੂਬਲ ਰੰਧਾਵਾ ਜੀ ਦਰਸ਼ਕੋ ਮੈਂ ਦੱਸ ਦਿਆਂ ਆ ਜਿਹੜੀ ਸਾਬਾ ਕੁਹਾਲੀ ਰੂਬਲ ਖੰਨੇ ਦੀ ਕੁਸ਼ਤੀ ਹੋਏਗੀ ਅੱਜ ਇਸੀ ਕੁਸ਼ਤੀ ਤੋਂ ਪਤਾ ਲੱਗੇਗਾ ਅਗਲੇ 5 ਸਾਲ ਕਿਹੜਾ ਪਹਿਲਵਾਨ ਰਾਜ ਕਰੇਗਾ ਅੱਜ ਪਤਾ ਲੱਗੇਗਾ ਬੁੱਢੇਬੜ ਦੇ ਮੈਦਾਨ ਦੇ ਵਿੱਚ ਕੁਸ਼ਤੀ ਜਿੱਤ ਹਾਰ ਦੀ ਕੁਸ਼ਤੀ ਆਰ ਪਾਰ ਦੀ ਇੱਕ ਪੱਕੇ ਹੋਏਗਾ ਰੂਬਲ ਖੰਨਾ ਦੂਜੇ ਪੱਕੇ ਸਾਬਾ ਕੁਹਾਲੀ ਕਿ ਸਾਨੂੰ ਦੱਸਣੇ ਦੀ ਲੋੜ ਕੋਈ ਨਾ ਸਾਡੇ ਸੋਹਣੇ ਰਿਕਾਰਡ ਬੋਲਦੇ ਹਾਂਜੀ ਹਾਂਜੀ ਆਓ ਬਈ ਪਹਿਲਵਾਨ ਮੈਂ ਬੇਨਤੀ ਕਰਦਾ ਅਮਿਤ ਚੰਡੀਗੜ੍ਹ ਪਹਿਲਵਾਨ ਜੀ ਆ ਜਾਈਏ ਆਪਾਂ ਖੜੇ ਚ ਰਾਣਾ ਕੁਹਾਲੀ ਰਾਣਾ ਪਹਿਲਵਾਨ ਜੀ ਆਈਏ ਰਾਣਾ ਕੁਹਾਲੀ ਪਹਿਲਵਾਨ ਜੀ ਆਓ ਬਈ ਉੱਧਰਲੇ ਪਾਸੇ ਰਿੰਕੂ ਸਵਾਰ ਠੀਕ ਹੈ ਠੀਕ ਸਵਾਰ ਵਾਲਾ ਰਿੰਕੂ ਤੇ ਖੰਨੇ ਵਾਲਾ ਕਰਨ ਜਿਹੜਾ ਵੀ ਪਹਿਲਵਾਨ ਹੈ ਜੋ ਮੱਲ ਜਿੱਤੂਗਾ ਟੋਨੀ ਵੀਰ ਵੱਲੋਂ 500 ਦਿੱਤਾ ਜਾਣਾ ਬਾਈ
ਜਿਹੜਾ ਵੀਰ ਫਰਾਂਸ ਤੋਂ ਕਾਲੂ ਟਰੱਕ ਚਲਾਉਂਦਾ ਹੀ ਦੇਖੀ ਜਾਂਦਾ ਪਿੰਡ ਦਾ ਮੇਲਾ ਬੱਲੇ ਬੱਲੇ ਆ ਸਾਰਿਆਂ ਦੀ ਹਾਂਜੀ ਅਮਿਤ ਕੁਹਾਲੀ ਵਾਲਾ ਰਾਣਾ ਬਲਵਾਨਾ ਬਾਬੇ ਜਲਦੀ ਕੁਹਾਲੀ ਵਾਲਾ ਰਾਣਾ ਲੋ ਬਈ ਆ ਕੁਸ਼ਤੀ ਵੀ ਸਿਰੇ ਦੀ ਆ ਸੰਕੋਚ ਨਾ ਕਰਿਓ ਤਾੜੀ ਖੁੱਲ ਕੇ ਮਾਰ ਦਿਓ ਕੁਸ਼ਤੀ ਵਾਸਤੇ ਇੱਕ ਪਾਸੇ ਮੁੰਡਾ ਆਹ ਦੇਖ ਲਓ ਕੁਹਾਲੀ ਵਾਲਾ ਰਾਣਾ ਤੇ ਅਮਿਤ ਆ ਚੰਡੀਗੜ੍ਹੀਆ ਚੰਡੀਗੜ੍ਹੀਆ ਅਮਿਤ ਰਾਜਧਾਨੀ ਤੋਂ ਭਲਵਾਨ ਲਿਆਂਦਾ ਚੰਡੀਗੜ੍ਹੀਆ ਅਮਿਤ ਤੇ ਅੰਮ੍ਰਿਤਸਰੀਆ ਮੁੰਡਾ ਕੁਹਾਲੀ ਵਾਲਾ ਰਾਣਾ ਇਹ ਵੀ ਸਿਰੇ ਦੀ ਕੁਸ਼ਤੀ ਪਰਵਿੰਦਰ ਖੰਨਾ ਤੇ ਪ੍ਰਵੀਨ ਕੁਹਾਲੀ ਇਹ ਪਨ ਰੈਡੀ ਰਹਿਣ ਆਹ ਜਿਹੜੀ ਕੁਸ਼ਤੀ ਆ ਸੋ ਮੇਰੇ ਵੀਰੋ ਵਾਕਈ ਸਿਰੇ ਦੀ ਕੁਸ਼ਤੀ ਆ ਕੁਹਾਲੀ ਵਾਲਾ ਰਾਣਾ ਚਿੱਟੀ ਗੈਂਜ ਵਿੱਚ ਹੈ ਕੁਹਾਲੀ ਵਾਲਾ ਰਾਣਾ ਤੇ ਚੰਡੀਗੜ੍ਹੀਆ ਮੁੰਡਾ ਅਮਿਤ ਸੋ ਆਹ ਕੁਸ਼ਤੀ ਸਿਰੇ ਦੀ ਇਸ ਵੇਲੇ ਆਹ ਕੁਹਾਲੀ ਵਾਲੇ ਰਾਣੇ ਵੱਲ ਦੇਖੋ ਜਰਾ ਐਨ ਮੁੰਡਾ 6 ਫੁੱਟ ਤੋਂ ਉੱਤੇ ਯਾਰ ਉਹ ਕੱਦ ਹੈ ਜਵਾਨ ਦਾ ਰਾਣਾ ਇਹਦਾ ਨਾਂ ਅਖਾੜਿਆਂ ਦੇ ਛੂਕਦੇ ਤੂਫਾਨ ਦਾ ਹਾਂਜੀ ਰੰਧਾਵਾ ਜੀ ਮੇਰੀ ਘੁਸਵਾਰ ਇਹ ਕੁਸ਼ਤੀ ਤੇ ਸਾਡੇ ਟੋਨੀ ਜੀ USA ਵਾਲੇ ਬੈਠੇ ਹੈ ਲਾਈਵ ਤੱਕ ਰਹੇ ਹੈ ਕਿ ਪਰਦੇਸੀ ਨਾਲ ਪਿਆਰ ਨਾ ਪਾਇਓ ਭਾਵੇਂ ਲੱਖ ਸੋਨੇ ਦਾ ਹੋਵੇ ਟੋਨੀ ਜੀ ਕਿ ਪਰਦੇਸੀ ਨਾਲ ਪਿਆਰ ਨਾ ਪਾਇਓ ਭਾਵੇਂ ਲੱਖ ਸੋਨੇ ਦਾ ਹੋਵੇ ਕਿ ਇੱਕ ਗੱਲੋਂ ਪਰਦੇਸੀ ਚੰਗਾ ਜਦੋਂ ਯਾਦ ਆਵੇ ਉਦੋਂ ਰੋਵੇ ਜਦੋਂ ਯਾਦ ਆਏ ਉਦੋਂ ਰੋਵੇ ਬਈ ਤਾੜੀ ਲਾ ਦਿਓ ਸਾਡਾ ਵੀਰ ਲਾਈਵ ਤੱਕ ਰਿਹਾ ਬਈ ਲਾਈਵ ਤੱਕ ਰਿਹਾ ਵੱਡਾ ਮਾਨ ਸਾਡੇ ਹਾਂਜੀ ਲਓ ਢੋਲੀ ਵੀਰ ਜਰਾ ਦੌੜ ਕੇ ਆਓ ਮੇਰੇ ਕੋਲ ਇਧਰਲੀ ਸਾਈਡ ਦੌੜ ਕੇ ਜਾਓ ਮੈਂ ਬੇਨਤੀ ਕਰਦਾ ਖੰਨੇ ਵਾਲਾ ਰੂਪਲ ਖੰਨੇ ਵਾਲਾ ਪਲਵਾਨ ਜੀ ਆ ਜਾਓ ਕੁਹਾਲੀ ਵਾਲਾ ਸਾਬਾ ਜਿਹੜੀ ਆ ਲਗਾਈ ਜਾਊਗੀ ਗੇੜੀ ਜਿਹੜੀ ਆ ਤੇ ਆਪਾਂ ਇਹਨਾਂ ਭਲਵਾਨਾਂ ਦਾ ਜਿਹੜਾ ਵੱਧ ਤੋਂ ਵੱਧ ਮਾਣ ਕਰਦੇ ਕਿਉਂਕਿ ਮਿਹਨਤ ਹੁੰਦੀ ਹੈ ਭਲਵਾਨ ਦੀ ਸੋ ਕੋਈ ਕੰਜੂਸੀ ਨਹੀਂ ਕਿਸੇ ਨੇ ਵੀ ਕਰਨੀ ਕਿਉਂਕਿ ਇਹ ਭਲਵਾਨ ਰੱਬ ਦਾ ਰੂਪ ਹੁੰਦੇ ਆ ਭਗਤ ਲੋਕ ਹੁੰਦੇ ਆ ਸੋ ਮੇਰੇ ਵੀਰੋ ਅੱਜ ਵੱਡੇ ਮੱਲ ਉਹਨਾਂ ਦੀ ਗੱਲ ਆ ਵਾਹ ਜੀ ਉਧਰਲੇ ਪਾਸੇ ਰਿੰਕੂ ਸਵਾਰ ਬੇ ਸਾਡਾ ਟੋਨੀ ਵੀਰ USA ਵਾਲਾ ਆਖਦਾ ਕਿ 500 ਹੋਵੇਗਾ ਜੇ ਕੁਸ਼ਤੀ ਆਰ ਪਾਰ ਹੋਏਗੀ ਤਾਂ ਜੇ ਕੁਸ਼ਤੀ ਜਿੱਤ ਹਾਰ ਹੋਏਗੀ ਤਾਂ ਵੱਡੇ ਮਾਣ ਵੱਡੇ ਸਨਮਾਨ ਅੱਜ ਬੁੱਢੇਬੜ੍ਹ ਦੀ ਧਰਤੀ ਤੇ ਇਹਨਾਂ NRI ਵੀਰਾਂ ਵੱਲੋਂ ਵਾਹ ਨਹਿਰੀ ਸਾਂ ਕਿ ਪੂਰੀ ਬੱਲੇ ਬੱਲੇ ਉਧਰਲੇ ਪਾਸੇ ਕੁਸ਼ਤੀ ਉਹ ਵੀ ਬੜੀ ਵਧੀਆ ਬਈ ਬੜੀ ਵਧੀਆ ਕੁਸ਼ਤੀ ਹੈ ਵਾਹ ਨਹਿਰੀ ਸਾਂ ਇੱਕੋ ਜਿਹਾ ਸਰੀਰ ਹੈ ਉਧਰਲੇ ਪਾਸੇ ਪੂਰੀ ਬੱਲੇ ਬੱਲੇ ਨਹਿਰੀ ਸਾਂ ਬਈ ਇਹ ਹੈ ਮੁੰਡਾ ਬਈ ਮਿੰਟਾਂ ਸਕਿੰਟਾਂ ਚ ਫੈਸਲਾ ਹੋ ਗਿਆ ਬਈ ਹਾਂਜੀ ਲਓ ਮੈਂ ਬੇਨਤੀ ਕਰਦਾ ਰੂਪਲ ਖੰਨਾ ਉਹਨਾਂ ਦੇ ਉਸਤਾਦ ਸੋ DSP ਸਾਹਿਬ ਮੁਕੇਸ਼ ਖੰਨਾ ਜੀ ਉਹਨਾਂ ਨੂੰ ਬੇਨਤੀ ਆ ਸੋ ਪਲੀਜ਼ ਇੱਕ ਵਾਰੀ ਸਟੇਜ ਦੇ ਸਾਹਮਣੇ ਆਉਣਗੇ ਬਿਲਕੁਲ ਸੋ ਅਖਾੜੇ ਨੂੰ ਜਿਹੜੀ ਆ ਉਸਤਾਦ ਲੋਕ ਉਹਨਾਂ ਵੱਲੋਂ ਜਿਹੜੀ ਸਲਾਮੀ ਦਿੱਤੀ ਜਾਊਗੀ ਤੇ ਤਾੜੀਆਂ ਸਾਰੀ ਸੰਗਤ ਵਜਾਉਣਗੀਆਂ ਸੋ ਸਾਰੀ ਸੰਗਤ ਹਾਂਜੀ ਤਾਜੀ ਇੱਕ ਮਿੰਟ ਲਈ ਜਰਾ ਆਪਾਂ ਅਖਾੜੇ ਨੂੰ ਸਲਾਮੀ ਲਓ ਬਈ ਤਾੜੀ ਵਿੱਚ ਕੋਈ ਕੰਜੂਸੀ ਨਾ ਕਰੋ ਖੁੱਲ ਕੇ ਤਾੜੀ ਮਾਰ ਦਿਓ ਮਾਰੋ ਤਾੜੀ ਖੁੱਲ ਕੇ ਸੋ SP ਸਾਹਿਬ ਮੁਕੇ ਸੋ ਬਹੁਤ ਹੀ ਸਤਿਕਾਰਯੋਗ ਬਹਿਰਮ ਸ਼ਾਹ ਸ਼ਿੰਜ ਕਮੇਟੀ ਵੱਲੋਂ ਦੇਸ਼ ਵਿਦੇਸ਼ਾਂ 'ਚ ਕੰਮਕਾਰ ਕਰਨ ਵਾਲੇ ਅਤੇ ਦੇਸ਼ ਦੀ ਰੱਖਿਆ ਕਰਨ ਵਾਲੇ ਵੀਰ ਸੈਨਿਕ ਸੋ ਉਹਨਾਂ ਦੇ ਲਈ ਸ਼ਿੰਝ ਮੇਲੇ ਨਾਲ ਜੁੜਨ ਲਈ ਸ਼ਿੰਝ ਦਾ ਸਿੱਧਾ ਪ੍ਰਸਾਰਣ ਜਿਹੜਾ www.malwa.tv.com ਰਾਹੀਂ ਜਿਹੜਾ ਉਹ ਕੀਤਾ ਜਾ ਰਿਹਾ ਪ੍ਰਸਾਰਣ ਦਾ ਸਾਰਾ ਖਰਚੇ ਦਾ ਪ੍ਰਬੰਧ ਜਿਹੜਾ ਉਹ ਸ਼ਹੀਦ ਬਿਪਨ ਠਾਕੁਰ ਸੋ ਸੌਰਿਆ ਚੱਕਰ ਸੋ ਪੁਰਸਕਾਰ
ਦੇ ਦੋਸਤ ਸ਼੍ਰੀ ਸਰੂਪ ਸਿੰਘ ਜੀ ਇੰਟਰਨੈਸ਼ਨਲ ਭਲਵਾਨ USA ਤੋਂ ਉਹਨਾਂ ਵੱਲੋਂ ਕੀਤਾ ਜਾ ਰਿਹਾ। ਅਸੀਂ ਸਾਰੀ ਕਮੇਟੀ ਵੱਲੋਂ ਸੋ ਧੰਨਵਾਦ ਕਰਦੇ ਸ਼੍ਰੀ ਸਰੂਪ ਸਿੰਘ ਜੀ ਇੰਟਰਨੈਸ਼ਨਲ ਭਲਵਾਨ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਬਦੌਲਤ ਬੁੱਢਾਬੜ੍ਹ ਦਾ ਸੋ 126 ਮੁਲਕਾਂ 'ਚ ਦਿਖਾਇਆ ਜਾ ਰਿਹਾ। ਮੈਂ ਬੇਨਤੀ ਕਰਦਾ ਪਰਵਿੰਦਰ ਖੰਨਾ ਅਤੇ ਕੋਹਾਲੀ ਵਾਲਾ ਬਾਘਾ ਬੇ ਰਵੀ ਸਾਡੇ ਭਾਅ ਜੀ ਖਾਸ ਸਟੋਰ ਵਾਲੇ ਵੱਡਾ ਮਾਣ ਕਰਦੇ ਨੇ। ਹਾਂਜੀ, ਉਹ ਮਾਲਕ ਉਦਾਤਾ ਅਪਾਰ ਕਿਰਪਾ ਕਰੇ ਇਹਨਾਂ ਦੇ ਉੱਪਰ, ਕਿਉਂਕਿ ਸਿੰਝਾਂ ਮੇਲੇ ਕਰਵਾਉਣੇ ਬੜੇ ਔਖ। ਟੋਲੀ ਟੋਲੀ ਵੀਰ ਖੜ ਜਾ ਇੱਕ ਮਿੰਟ ਵਾਸਤੇ ਮੇਰਾ ਵੀਰ, ਕਿਉਂਕਿ ਇਹਨਾਂ ਨੌਜਵਾਨਾਂ ਨੇ ਵੱਡਾ ਮਾਣ ਕੀਤਾ। ਮੈਂ ਦੇਖ ਰਿਹਾ ਸੀ ਇੱਥੋਂ ਦੇ ਨੌਜਵਾਨ ਲਗਭਗ 9 ਵਜੇ ਲੱਗ ਪਏ ਸੀ ਅਖਾੜੇ ਦੀ ਸੇਵਾ ਕਰਨ। ਬੜਾ ਵਧੀਆ ਇਹਨਾਂ ਨੌਜਵਾਨਾਂ ਨੇ ਅਖਾੜਾ ਸ਼ਿੰਗਾਰਿਆ। ਉਹ ਮਾਲਕ ਉਹ ਦਾਤਾ ਇਹਨਾਂ ਬੱਚਿਆਂ 'ਤੇ ਅਪਾਰ ਕਿਰਪਾ ਕਰੇ। ਪੂਰਾ ਬੁੱਢਾਬੜ੍ਹ ਅੱਜ ਵਧਾਈ ਦਾ ਪਾਤਰ ਹੈ। ਇੱਕ ਬੰਦੇ ਦਾ ਕੰਮ ਨਹੀਂ, ਜੇ ਕੋਖੋ ਨਾ ਇੱਕ ਬੰਦੇ ਨੇ ਕੰਮ ਕਰਿਆ ਹੋਵੇ ਕਿ ਬੰਦਾ ਕੁਝ ਨਹੀਂ ਕਰਦਾ ਉਹ ਦਾਤਾ ਕਰਵਾਉਣ ਵਾਲਾ ਬੈਠਾ ਹੈ। ਅਜੇ ਜੀ ਬੰਦਾ ਕੁਝ ਨਹੀਂ ਕਰਦਾ ਉਹ ਮਾਲਕ ਕਰਵਾਉਣ ਵਾਲਾ ਬੈਠਾ ਹੈ ਕਿ ਤੂੰਬਾ ਆਪੇ ਨਹੀਂ ਵੱਜਦਾ ਉਹ ਦਾਤਾ ਵਜਾਉਣ ਵਾਲਾ ਬੈਠਾ। ਉਸ ਮਾਲਕ ਦੀ ਬੜੀ ਅਪਾਰ ਕਿਰਪਾ ਹੈ। ਅੱਜ ਬੁੱਢੇਬੜ੍ਹ ਦੀ ਧਰਤੀ 'ਤੇ ਉਧਰਲੇ ਪੱਖੇ ਰੀਕੂ ਸਵਾਰ ਹੈ ਕਿ ਵਾਹ ਉਹ ਸ਼ੇਰ ਜਵਾਨਾ ਖੇਡੀ ਜਾ ਵਿੱਚ ਮੈਦਾਨਾ, ਕੁਸ਼ਤੀ ਤਾਂ ਉਹੀ ਜਿੱਤਣਗੇ ਜਿਨ੍ਹਾਂ ਦੇ ਡੋੜਿਆਂ ਪੱਟਾਂ ਵਿੱਚ ਜਾਣਾ। 500 ਰੁਪਇਆ ਹੋਏਗਾ ਸਾਡੇ ਵੀਰ ਵੱਲੋਂ, NRI ਵੀਰ ਵੱਲੋਂ, ਜਿਹੜਾ ਟਾਏਗਾ ਤਾਂ ਵਾਹ ਕਿ ਪੇਚੇ ਪੈ ਗਏ ਨਾਲ ਬਗਾਨੇ, ਪਤਾ ਲੱਗੂਗਾ ਵਿੱਚ ਮੈਦਾਨੇ। ਇਹ ਬੁੱਢੇਬੜ੍ਹ ਦੀ ਧਰਤੀ ਹੈ, ਬੁੱਢੇਬੜ੍ਹ ਦੀ ਧਰਤੀ, ਵਾਹ ਬੱਬਰ ਸ਼ੇਰਾਂ ਦੀ ਟੱਕਰ। ਮਾਈਕ ਟੂ ਰੰਧਾਵਾ। ਇੱਧਰ ਸਵਾਰ ਵਾਲਾ ਰੈਂਕੂ ਹੈ, ਰੈਂਕੂ ਸਵਾਰ ਵਾਲਾ ਕਹਿੰਦਾ ਪਹਿਲਾਂ ਪਹਿਲਾਂ ਕਿਸਮਤ ਅੜੀਆਂ ਕਰਦੀ ਹੁੰਦੀ ਆ ਕਿ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ। ਮੁੰਡੇ ਦੀ 2 ਸਾਲ 'ਚ ਗੁੱਡੀ ਚੜ੍ਹੀ ਆ ਅੰਬਰਾਂ ਤੱਕ ਸਵਾਰ ਵਾਲੇ ਰੈਂਕੂ ਦੀ। ਸੋ ਖੰਨੇ ਵਾਲਾ ਕਰਨ ਅੱਜ ਕਹਿੰਦੇ, ਇਹ ਵੀ ਕਹਿੰਦੇ ਵੱਡਾ ਮੱਲ ਬਣ ਕੇ ਨਿਕਲਿਆ ਕਰਨ ਖੰਨਾ ਦੇ ਸਵਾਰ ਵਾਲਾ ਰੈਂਕੂ। ਉੱਧਰ ਚੰਡੀਗੜ੍ਹ ਵਾਲਾ ਅਮਿਤ ਅਤੇ ਨਾਲ ਕੋਹਾਲੀ ਵਾਲਾ ਰਾਣਾ। ਸੋ ਉਹ ਦੇਖ ਲਓ ਕੁਸ਼ਤੀ ਸਿਰੇ ਦੀ, ਕੋਹਾਲੀ ਵਾਲਾ ਰਾਣਾ ਚਿੱਟੀ ਕੈਂਚ ਵਿੱਚ ਆ। ਸੋ ਜੇ ਹਿੱਕ ਵਿੱਚ ਜ਼ੋਰ ਹੋਵੇ ਲੋਕੀ ਤਾਂ ਪੁੱਛਦੇ ਸਰਦਾਵਾ, ਕੋਹਾਲੀ ਵਾਲੇ ਰਾਣੇ ਜਹੀਆਂ। ਸੋ ਬਿਰਲੇ ਪੁੱਤ ਜੰਮਦੀਆਂ ਮਾਵਾਂ, ਵੱਡਾ ਮਾਲਾ ਚੰਡੀਗੜ੍ਹੀਆ ਵੀ ਮੁੰਡਾ। ਬਾਈ ਗੀਤਾ 'ਚ ਗੱਲ ਹੋਈ ਨਾ ਚੰਡੀਗੜ੍ਹੀਆਂ ਦੀ, ਸੋ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਅੱਜ ਚੰਡੀਗੜ੍ਹ ਦੇ ਭਲਵਾਨਾਂ ਨੇ ਪੱਟਿਆ ਬੁੱਢਾਬੜ੍ਹ ਦੇ ਸ਼ਿੰਝ ਮੇਲੇ 'ਚ। ਚੰਡੀਗੜ੍ਹ ਦੇ ਟੋਨੀ ਜੀ ਭਲਵਾਨਾਂ ਨੇ ਪੱਟਿਆ। ਸੋ ਅੱਜ ਚੰਡੀਗੜ੍ਹ ਕੋਹਾਲੀ ਖੰਨਾ, ਵਾਹ ਜੀ ਵਾਹ, ਬੜੀ ਚਾਰੋ ਹੀ ਦਿਸ਼ਾਵਾਂ 'ਚੋਂ, ਮਾਝਾ ਮਾਲਵਾ ਅਤੇ ਦੁਆਬਾ ਚਾਰੋ ਹੀ ਦਿਸ਼ਾਵਾਂ 'ਚੋਂ ਭਲਵਾਨ ਹੈਰੀ ਖੰਨਾ ਅਤੇ ਸੰਦੀਪ ਚੰਡੀਗੜ੍ਹ। ਇਹ ਵੀ ਰੈਡੀ ਰਹਿਣ ਬਾਈ, ਹੈਰੀ ਖੰਨਾ ਅਤੇ ਸੰਦੀਪ ਚੰਡੀਗੜ੍ਹ। ਰੂਬਲ ਭਲਵਾਨ ਜੀ ਨੂੰ ਬੇਨਤੀ ਆ ਖੰਨੇ ਵਾਲੇ ਨੂੰ ਆਪਾਂ ਜਿਹੜੀ ਆ ਗੇੜੀ ਲਾਉਣੀ ਆ, ਸਾਬਾ ਕੋਹਾਲੀ ਅਤੇ ਰੂਬਲ ਖੰਨਾ। ਭਲਵਾਨ ਜੀ ਆਈਏ ਜਲਦੀ ਜਿੱਥੇ ਵੀ ਉਹ ਆਵਾਜ਼ ਸੁਣਦੇ। ਸੋ ਪਲੀਜ਼ ਆਓ ਆਪਾਂ ਸਾਡੇ ਜੋ ਗਰਾਊਂਡ ਆ ਅਖਾੜਾ, ਗੇੜੀ ਲਗਾਉਣੀ ਆ ਆਪਾਂ ਰਮਾਲੀ ਦੇ ਪਹਿਲਵਾਨਾਂ ਦੀ ਬੇਨਤੀ ਆ। ਵਾਹ ਜੀ, ਪ੍ਰਵੀਨ ਕੋਹਾਲੀ ਅਤੇ ਪਰਵਿੰਦਰ ਖੰਨਾ। ਮੈਂ ਪਹਿਲੇ ਅਨਾਊਂਸ ਕੀਤਾ ਜੀ, ਪ੍ਰਵੀਨ ਵੀਰ ਹੱਥ ਖੜਾ ਕਰੀਏ ਇੱਕ ਵਾਰੀ, ਪ੍ਰਵੀਨ ਕੋਹਾਲੀ ਵਾਲਾ ਪ੍ਰਵੀਨ ਰੈਡੀਓ, ਅਤੇ ਪਰਵਿੰਦਰ ਖੰਨਾ, ਠੀਕ ਹੈ ਜੀ, ਖੰਨੇ ਵਾਲਾ ਪਰਵਿੰਦਰ ਤਾਂ ਆ ਗਿਆ, ਅਤੇ ਅਜੇ ਵੀਰ। ਵਾਹ, ਉੱਧਰਲੇ ਪੱਖੇ ਨੌਜਵਾਨ ਰੀਕੂ ਸਵਾਰ ਦੀ ਗੱਲ ਹੋ ਰਹੀ ਹੈ ਬਈ, ਮੈਦਾਨ ਦੇ ਵਿੱਚ ਭਲਵਾਨੀ ਦੀ ਗੱਲ, ਬੁੱਢੇਬੜ੍ਹ ਦੀ ਧਰਤੀ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ, ਲੱਖ ਲਾਂਤਾ ਕਮਜ਼ੋਰਾਂ ਨੂੰ, ਅੱਜ ਜ਼ੋਰ ਵਾਲੇ ਦੀ ਜੈ ਹੋਣੀ ਹੈ, ਜ਼ੋਰ ਵਾਲੇ ਦੀ ਜੈ ਹੋਣੀ ਹੈ ਉੱਧਰਲੇ ਪੱਖੇ। ਵਾਹ, ਕਦੇ ਢਾਕ ਵੱਜੇ ਕਦੇ ਸੱਜੇ। ਇੱਕ ਮਿੰਟ ਭਲਵਾਨ ਜੀ, ਠੀਕ ਹੈ ਜੀ, ਅਤੇ ਪ੍ਰਵੀਨ ਕੋਹਾਲੀ, ਕੋਹਾਲੀ ਵਾਲਾ ਪ੍ਰਵੀਨ ਕਿੱਧਰ ਆ ਜੀ, ਅਤੇ ਨਾਲ ਪਰਵਿੰਦਰ ਖੰਨਾ। ਇੱਕ ਮਿੰਟ ਭਲਵਾਨ ਜੀ, ਇੱਕ ਮਿੰਟ ਰੁਕਿਓ, ਹਜੂ ਇੱਕ ਮਿੰਟ ਬਾਅਦ
ਬਾਈ ਰੂਪਰ ਭਲਵਾਨ ਜੀ, ਸ਼ਾਬਾ ਜੀ, ਸ਼ਾਬਾ ਭਲਵਾਨ ਜੀ, ਅਖਾੜੇ ਦੀ ਇੱਕ ਗੇੜੀ ਹੋਏਗੀ ਤੁਹਾਡੇ ਦੋਨਾਂ ਭਲਵਾਨਾਂ ਦੀ, ਪਲੀਜ਼। ਓਕੇ ਓਕੇ, ਠੀਕ ਹੈ ਜੀ, ਹਾਂ ਹਾਂ ਬਿਲਕੁਲ ਸਹੀ ਆ। ਪ੍ਰਵੀਨ ਕੋਹਾਲੀ ਤੇ ਉਹ ਪੰਨਾ ਬਾਗੇ ਕੋ, ਠੀਕ ਹੈ ਜੀ, ਦੋ ਪਰਚੇ ਹੈਗੇ ਆ ਬਾਗੇ ਕੋਹਾਲੀ ਨਾਲ ਕੁਸ਼ਤੀ। ਆ ਜਾਓ ਜੀ, ਸ਼ਾਬਾ ਜੀ, ਉਹ ਰੂਪਰ ਕੋਹਾਲੀ ਜੀ, ਕਿਉਂਕਿ ਢੋਲੀ ਬਈ ਹੁਣ ਗੇੜੀ ਹੋਏਗੀ ਇਹਨਾਂ ਭਲਵਾਨਾਂ ਦੀ, ਕਿਉਂਕਿ ਨਾਮੀ ਪਹਿਲਵਾਨ ਹੈ, ਸਮੇਂ ਦੇ ਸਟਾਰ ਹੈ, ਜਿਹੜਾ ਅੱਜ ਕੁਸ਼ਤੀ ਜਿੱਤੇਗਾ ਅਗਲੇ 5 ਸਾਲ ਉਹਦਾ ਹੀ ਰਾਜ ਹੋਣਾ ਬਈ, ਮੈਂ ਦਾਅਵੇ ਨਾਲ ਕਹਿੰਦਾ, ਕਿਉਂਕਿ ਤਕੜ ਮਾੜਾ ਕੋਈ ਵੀ ਨਹੀਂ ਹੈ, ਦੋਨੋਂ ਬੱਬਰ ਸ਼ੇਰ ਹੈ, ਮਾੜਾ ਕੋਈ ਵੀ ਨਹੀਂ। ਪੋਨਾ ਫੌਜੀ ਜੋ ਵੀਰ ਲਾਈਵ ਦੇਖ ਰਿਹਾ ਇਹ ਸ਼ਿੰਝ ਬਈਆ, 500 ਰੁਪਈਆ ਪੋਨਾ ਫੌਜੀ ਵੱਲੋਂ ਇਹ ਸ਼ਿੰਝ ਕਮੇਟੀ ਵਾਸਤੇ। ਸੋ ਆਪਾਂ ਧੰਨਵਾਦ ਕਰਦੇ ਫੌਜੀ ਸਾਹਿਬ ਦਾ, ਫੌਜੀ ਸਾਹਿਬ ਦਾ। ਕੋਹਾਲੀ ਵਾਲਾ ਬਾਗਾ, ਠੀਕ ਹੈ ਜੀ, ਬਾਗੇ ਵੀਰ ਤੁਹਾਡੇ ਨਾਲ ਪਵਿੰਦਰ ਖੰਨਾ, ਪਵਿੰਦਰ ਖੰਨਾ ਬਈ ਤੇ ਪ੍ਰਵੀਨ ਕੋਹਾਲੀ, ਪਰਵਿੰਦਰ ਖੰਨਾ ਆ, ਦੋਨਾਂ ਆ ਗਿਆ ਫਿਰ ਖੰਨੇ ਵਾਲੇ ਦੋਨੇ ਹੀ ਭਲਵਾਨਾਂ ਦੇ, ਇੱਕ ਪਵਿੰਦਰ ਆ ਇੱਕ ਪੱਤਰ ਆ। ਆ ਕੁਸ਼ਤੀ ਜਿਹੜੀ ਹੈ ਇਹਨੂੰ 10 ਮਿੰਟ ਦਾ ਸਮਾਂ ਦਿੱਤਾ ਜੀ, ਰਿੰਕੂ ਸਵਾਰ ਤੇ ਕਰਨ ਖੰਨਾ, ਠੀਕ ਹੈ ਜੀ। ਬਾਗਾ ਕੋਹਾਲੀ ਦੋਨੇ ਹੀ ਭਲਵਾਨਾਂ ਦੇ, ਉੱਧਰ ਭੱਟੇ ਮੱਲਾਂ ਦੀ ਫੇਰੀ, ਖੰਨੇ ਵਾਲਾ ਰੂਪਲ ਤੇ ਕੋਹਾਲੀ ਵਾਲਾ ਸਾਬਾ। ਸੋ ਬਾਈ ਸਟੇਜ ਦੇ ਸਾਹਮਣੇ ਉਹ ਰਸ਼ ਖਤਮ ਕਰ ਦਿਓ, ਸਟੇਜ ਦੇ ਸਾਹਮਣੇ ਜਿਹੜਾ ਰਸ਼ ਆ ਪਲੀਜ਼ ਖਤਮ ਕਰ ਦਈਏ। ਦੋਨੇ ਹੀ ਅੱਜ ਬੁੱਢਾਬੜ ਦਾ ਦੰਗਲ ਜਿਹੜਾ ਵੱਡਾ, ਉਹਦੇ ਵੱਡੀ ਰਮਾਲੀ ਦੇ ਜਿਹੜੇ ਵੱਡੇ ਮੱਲ, ਖੰਨੇ ਵਾਲਾ ਰੂਬਲ ਤੇ ਕੋਹਾਲੀ ਵਾਲਾ ਸਾਬਾ। ਠੀਕ ਹੈ ਜੀ, ਸੋ ਜਿਹੜੀ ਗੇੜੀ ਲਾਈ ਜਾਊਗੀ, ਸੋ ਆਪਾਂ ਅੱਜ ਜਿਹੜਾ ਇਹ ਦੰਗਲ, 1 ਨੰਬਰ ਦੀ ਝੰਡੀ ਆ ਇਹ, 1 ਨੰਬਰ ਦੀ ਝੰਡੀ। ਸੋ ਆਹ ਦੇਖ ਲਓ ਮੇਰੇ ਵੀਰੋ ਜਿਹੜਾ ਮਾਨ ਸਨਮਾਨ, ਰੂਬਲ ਖੰਨਾ ਤੇ ਕੋਹਾਲੀ ਵਾਲਾ ਸਾਬਾ, ਬਹੁਤ ਹੀ ਸਿਰੇ ਦੀ 1 ਲੱਖ ਤੇ 1 ਹਜ਼ਾਰ ਦੀ ਕੁਸ਼ਤੀ ਆ, ਵੱਡਾ ਦੰਗਲ। ਸੋ ਵੱਡਾ ਦੰਗਲ ਬੁੱਢੇਬੜ੍ਹ ਦਾ ਤੇ ਵੱਡੀ ਰੁਮਾਲੀ ਜਿਹੜੀ ਆ, ਦੂਸਰੀ ਰੁਮਾਲੀ 41 ਹਜ਼ਾਰ, ਵੱਧ ਤੋਂ ਵੱਧ। ਟੋਲੀ ਵੀਰ ਇੱਕ ਮਿੰਟ, ਟੋਲੀ ਵੀਰ ਭਾਜੀ ਇੱਕ ਮਿੰਟ ਬਈ, ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਮਾਨ ਸਨਮਾਨ ਕਰਿਓ, ਇਹ ਜਿਸ ਲੈਵਲ ਦੇ ਮੱਲ ਆ ਨਾ, ਇਹ ਤੁਸੀਂ ਨਹੀਂ ਜਾਣਦੇ, ਇਹ ਬੜੇ ਦੰਗਲ ਜਿਹੜੇ ਉਹ ਪੂਰਾ ਪੰਜਾਬ ਨਹੀਂ ਭਾਰਤ ਕੇਸਰੀ ਅਵਾਰਡ ਜਿਹੜੇ ਉਹ ਮਿਲੇ ਆ, ਦੁਨੀਆਂ 'ਚ ਨਾਂ ਚੱਲਦਾ, ਦੁਨੀਆਂ 'ਚ ਸਿੱਕਾ। ਸੋ ਆਹ ਹੀ ਕਮਾਈ ਆ ਭਲਵਾਨਾਂ ਦੀ, 2 ਮਹੀਨੇ ਨਜ਼ਰ ਆਉਂਦੇ ਆ, ਸੋ ਕੋਈ ਕੰਜੂਸੀ ਨਾ ਕਰਿਓ। ਸੋ ਵੱਧ ਚੜ ਕੇ ਮਾਣ ਕਰਨਾ ਇਹਨਾਂ ਭਲਵਾਨਾਂ ਦਾ, ਕਿਉਂਕਿ ਇਹਨਾਂ ਦੀ ਇਹ ਹੱਕ ਆ, ਹੱਕ ਹਲਾਲ ਦੀ ਕਮਾਈ ਆ ਇਹ ਜਿਹੜੀ ਆ ਭਲਵਾਨਾਂ ਦੀ, ਹੱਕ ਹਲਾਲ ਦੀ ਕਮਾਈ। ਸੋ ਹਾਂਜੀ ਬਸ ਜੀ, ਉੱਧਰ ਦੇ ਪੱਕੇ ਨੌਜਵਾਨ ਰਿੰਕੂ ਸਵਾਰ ਇਸ ਵੇਲੇ 3 ਮੁਕਾਬਲੇ ਮੈਦਾਨ ਦੇ ਵਿੱਚ ਹੈ, ਇੱਧਰਲੇ ਪੱਕੇ ਸਾਡੇ 2 ਪਹਿਲਵਾਨ ਰੁਪਲਜੀਤ ਖੰਨਾ, ਸ਼ਾਬਾ ਕੋਹਾਲੀ ਬਈ, ਇਹਨਾਂ ਭਲਵਾਨਾਂ ਦਾ ਵੱਧ ਤੋਂ ਵੱਧ ਮਾਣ ਕਰਿਓ, ਕਿਉਂਕਿ
ਇਹ ਹਿੰਦੁਸਤਾਨ ਦੇ ਸੁਪਰ ਡੁਪਰ ਪਹਿਲਵਾਨ ਹੈ, ਕੋਈ ਛੋਟੇ ਮੋਟੇ ਪਹਿਲਵਾਨ ਨਹੀਂ। ਦੁਨੀਆ ਦੇਖਣ ਨੂੰ ਤਰਸਦੀ ਹੈ, ਪਰ ਬੁੱਢੇ ਬੜ ਵਾਲਿਆਂ ਨੇ ਅੱਜ ਵੱਡਾ ਉਪਰਾਲਾ ਕੀਤਾ ਹੈ, ਵੱਡੇ ਮੱਲ ਬੁਲਾਏ ਹੈ ਇਸ ਧਰਤੀ ਹੈਰੀ ਖੰਨਾ ਦੇ ਸਾਹਿਬ ਚੰਡੀਗੜ੍ਹ। ਅਜੀ ਰੈਡੀ ਰਹੋ ਵੀ, ਹਾਂਜੀ ਸਮਾਂ ਦਿੱਤਾ ਜੀ ਇੱਧਰ ਹੈਰੀ, ਠੀਕ ਹੈ ਜੀ ਸੰਦੀਪ ਚੰਡੀਗੜ੍ਹ, ਹੈਰੀ ਹੈਰੀ ਬਲਵੰਤ ਜੀ ਰੈਡੀ ਹੋ, ਠੀਕ ਹੈ ਭਾਜੀ ਆਪਾਂ ਜਿੱਦਾਂ ਹੀ ਫੈਸਲਾ ਹੁੰਦਾ ਇੱਧਰ ਸਮਾਂ ਦਿੱਤਾ ਤੁਸੀਂ ਆ ਜਾਣਾ ਖੜੇ ਹੈ। ਹੈਰੀ ਹੈਰੀ ਖੰਨਾ ਤੇ ਸੰਦੀਪ ਚੰਡੀਗੜ੍ਹੀਆ, ਵਾਓ ਚੰਡੀਗੜ੍ਹੀਆ, ਚੰਡੀਗੜ੍ਹ ਤੋਂ ਵੀ ਪਹਿਲਵਾਨ ਕਾਫੀ ਆਏ। ਹਾਂਜੀ ਪ੍ਰਵੀਨ ਕੋਹਾਲੀ ਦੇ ਨਾਲ ਪਰਵਿੰਦਰ ਖੰਨਾ, ਖੰਨੇ ਵਾਲਾ ਪਰਵਿੰਦਰ, ਕਿੱਡੀ ਚੌੜੀ ਛਾਤੀ ਆ ਪਰਵਿੰਦਰ ਖੰਨੇ ਵਾਲ ਦੀ, ਚੌੜੀ ਛਾਤੀ ਉੱਤੇ ਮਾਣ ਜੀ, ਜਿਗਰਾ ਬਥੇਰਾ, ਸ਼ੇਰ ਜਿੰਨੀ ਜਾਨ ਜੀ, ਮੁੰਡੇ ਜੀ ਸ਼ੇਰ ਜਿੰਨੀ ਜਾਨ ਆ, ਸ਼ੇਰ ਜਿੰਨੀ ਜਾਨ। ਸੋ ਨਾਲ ਪ੍ਰਵੀਨ ਕੋਹਾਲੀ ਦੇ ਪੇਚਾ ਪੈ ਗਿਆ, ਢੋਲੀ ਬਈ ਦਰਸ਼ਕੋ ਨੋਟ ਕਰਿਓ, 5-6-7 ਨੂੰ ਨੈਸ਼ਨਲ ਸਟਾਈਲ ਕਬੱਡੀ ਪੰਚਾਇਤ ਇਸੀ ਜਗ੍ਹਾ 'ਤੇ ਪੰਚਾਇਤੀ ਟੂਰਨਾਮੈਂਟ ਹੋਵੇਗਾ, ਕਿਉਂਕਿ ਬੁੱਢੇ ਬੜ ਦੇ ਲੋਕ ਨਾਈਟ ਟੂਰਨਾਮੈਂਟ ਹੋਵੇਗਾ ਕਿ ਬੁੱਢੇ ਬੜ ਦੇ ਗੱਭਰੂ ਵੱਖਰਾ ਸ਼ੌਕ ਦਿਖਾਉਂਦੇ ਨੇ, ਦਸਾਂ ਨੋਹਾਂ ਦੀ ਕਿਰਤ ਕਮਾਈ ਸਿੰਜਾ ਕਬੱਡੀਆਂ 'ਚ ਲਾਉਂਦੇ ਨੇ, ਕਿਉਂਕਿ ਵੱਡਾ ਮਾਣ ਹੈ ਵੱਡੀ ਪਹਿਚਾਣ ਹੈ। ਮੈਂ ਧੰਨਵਾਦ ਕਰਦਾ ਪੂਰੀ ਕਮੇਟੀ ਦਾ। 5-6-7 ਤਰੀਕਾਂ ਹੋਣਗੀਆਂ ਬੁੱਢੇ ਬੜ ਦੇ ਕਬੱਡੀ ਟੂਰਨਾਮੈਂਟ ਦੀਆਂ, ਸਾਰੇ ਦਰਸ਼ਕਾਂ ਨੂੰ ਖੁੱਲ੍ਹੇ ਸੱਦੇ ਹੈ, ਸਾਰੇ ਦਰਸ਼ਕਾਂ ਨੂੰ ਖੁੱਲ੍ਹੇ ਸੱਦੇ ਹੈ। ਵਾਹ, ਇੱਧਰਲੇ ਪੱਖੇ ਭਲਵਾਨੀ ਦੀ ਗੱਲ, ਇੱਧਰਲੇ ਪੱਖੇ ਅਮਿਤ ਦੀ ਗੱਲ, ਵਾਹ ਨਹੀਂ ਲਓ। ਇੱਕ ਪਾਸੇ ਆ ਮੇਰੇ ਵੀਰੋ ਪਰਵਿੰਦਰ ਖੰਨੇ ਵਾਲਾ, ਪਰਲੀ ਪਾਸੇ ਪ੍ਰਵੀਨ ਕੋਹਾਲੀ ਵਾਲਾ, ਆਹ ਦੇਖ ਲਓ ਇਹ ਵੀ ਕੁਸ਼ਤੀ ਜਿਹੜੀ ਸਿਰ, ਵਾਹ ਜੀ ਵਾਹ, ਰਾਣੇ ਕੋਹਾਲੀ ਦਾ ਛੋਟਾ ਵੀਰ, ਬਈ ਤਾੜੀ ਖੁੱਲ ਕੇ ਮਾਰ ਦਿਓ ਮੱਲਾ ਵਾਸਤੇ, ਐਨ ਕਹਿੰਦੇ ਚੋਟੀ ਦੇ ਮਾਲਾ, ਐਨ ਕਹਿੰਦੇ ਮੇਰੇ ਵੀਰੋ ਵੱਡੇ ਲੈਵਲ ਦੇ ਵੱਡੇ ਮਾਲਾ, ਵੱਡੇ ਲੈਵਲ ਦੇ ਵੱਡੇ ਮੱਲ। ਇਸ ਕੁਸ਼ਤੀ ਤੋਂ ਬਾਅਦ ਹੈਰੀ ਖੰਨਾ ਤੇ ਸੰਦੀਪ ਚੰਡੀਗੜ੍ਹੀਆ, ਸੰਦੀਪ ਚੰਡੀਗੜ੍ਹੀਆ ਤੇ ਹੈਰੀ, ਸੋ ਉਹ ਵੀ ਮੇਰਾ ਵੀਰ ਰੈਡੀ ਰਹੋ, ਉਹ ਵੀ ਭਲਵਾਨ ਜਿਹੜੇ ਆ ਉਹ ਵੀ ਜਿਹੜੀ ਅਗਲੀ ਕੁਸ਼ਤੀ ਦੇ ਵਾਸਤੇ ਰੈਡੀ ਰਹੋ। ਅੱਜ ਬੁੱਢਾ ਬਰ ਛੋਟੀ ਰੁਮਾਲੀ ਪ੍ਰਿੰਸ ਕੋਹਾਲੀ ਤੇ ਲਵਪ੍ਰੀਤ ਖੰਨਾ, ਛੋਟੀ ਰੁਮਾਲੀ 41,000 ਦੀ, ਉਹ ਵੀ ਭਲਵਾਨ ਰੈਡੀ ਰਹਿਣ। ਹਾਂਜੀ ਹਾਂਜੀ ਬਿਲਕੁਲ ਜੀ, ਬਜ਼ੁਰਗੋ ਬਹੁਤ ਵੱਡੀ ਜਾਣਕਾਰੀ ਮੈਨੂੰ ਮਿਲੀ ਆ, 300 ਕਿੱਲਾ, 300 ਕਿੱਲਾ ਬਹੁਤ ਜ਼ਿਆਦਾ ਹੁੰਦਾ ਲੀਚੀਆਂ ਦਾ ਜਿਹੜਾ ਉਹ ਦਰਖਤ ਹੈਗਾ। ਸੋ ਰਾਜਧਾਨੀ ਆ ਇਹ ਲੀਚੀਆਂ ਦੀ ਰਾਜਧਾਨੀ ਬੁੱਢਾਬੜ, ਇਹ ਤਾਂ ਮੈਨੂੰ ਲੱਗਦਾ ਟਰੱਕ ਆਉਂਦੇ ਹੁਣ ਇੱਥੋਂ ਨਾ, ਐਨ ਸਪਲਾਈ ਦਿੱਲੀ ਤੱਕ ਰਾਜਧਾਨੀ ਤੱਕ ਜਾਂਦੀ ਹੋਣੀ ਆ। ਵਾਕਈ ਬਈ ਬੁੱਢਾਬੜ ਲੀਚੀਆਂ ਦਾ ਰਾਜਧਾਨੀ ਆ, ਲੀਚੀ ਫਲ ਸਾਰੇ ਹੀ ਖਾਂਦੇ ਤੁਸੀਂ, ਹੈ ਨਾ ਬੜਾ ਸਵਾਦ ਆ, ਬੁੱਢਾਬੜ ਦੀ ਧਰਤੀ ਮਸ਼ਹੂਰ ਆ, ਸੋ ਵਾਕਈ ਮਸ਼ਹੂਰ ਆ। ਵਾਹ ਜੀ ਬਹੁਤ ਵਧੀਆ, ਇੱਧਰਲੇ ਪੱਖੇ ਇਹਨਾਂ ਭਲਵਾਨਾਂ ਦੀਆਂ ਗੱਲਾਂ ਅੱਜ ਬੁੱਢੇ ਬੜ ਦੀ ਧਰਤੀ ਤੇ, ਕਿ ਬੜੀ ਦੂਰੋਂ ਦੂਰੋਂ ਸਿੰਜਾਂ ਦੇ ਸ਼ੌਕੀਨ ਅੱਜ ਬੁੱਢੇ ਬੜ ਦੀ ਧਰਤੀ ਤੇ ਪਹੁੰਚੇ ਹੋਏ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਇੱਥੇ ਆਉਣ ਤੇ, ਸਮੂਹ ਪਿੰਡ ਵੱਲੋਂ ਸਾਰਿਆਂ ਵੀਰਾਂ ਦਾ ਧੰਨਵਾਦ। ਇੱਧਰਲੇ ਪੱਖੇ ਮੁਕਾਬਲਾ ਕੁਸ਼ਤੀ ਦੀ ਗੱਲ, ਢੋਲੀ ਢੋਲੀ ਵੀਰ ਇੱਕ ਮਿੰਟ ਦਾ ਸਮਾਂ ਦੇ, 2 ਮਿੰਟ ਬਸ। ਅਜੇ ਭਾਜੀ ਅਜੇ ਜੀ ਬਈ ਪ੍ਰਿੰਸ ਕੋਹਾਲੀ ਆਜਾ ਮੈਦਾਨ ਦੇ ਵਿੱਚ ਨੌਜਵਾਨਾਂ, ਬਈ ਲਵਪ੍ਰੀਤ ਖੰਨਾ ਕਿੱਥੇ ਹੈ? ਪ੍ਰਿੰਸ ਕੋਹਾਲੀ ਤੇ ਲਵਪ੍ਰੀਤ ਖੰਨਾ, ਲੈ ਬਈ ਖੰਨੇ ਵਾਲਾ ਲਵਪ੍ਰੀਤ ਦੌੜ ਕੇ ਆਜਾ ਖੜੇ ਵਿੱਚ, ਬਈ ਲਵਪ੍ਰੀਤ ਲਵਪ੍ਰੀਤ ਜੀ ਆਓ ਇੱਕ ਮਿੰਟ ਲਿਆ ਦਿਓ, ਪਹਿਲੇ ਆ ਜਾਈਏ, ਹੈ ਨਾ ਲਵਪ੍ਰੀਤ ਕੌਣ ਆ ਛੋਟੀ ਰੁਮਾਲੀ ਦੀ ਕੁਸ਼ਤੀ ਜਿਹੜੀ ਆ ਹੁਣ ਹੋਣ ਜਾ ਰਹੀ ਆ, 41,000। ਹਾਂਜੀ ਹਾਂਜੀ ਬਿਲਕੁਲ ਜੀ, 5 ਮਿੰਟ ਦਾ ਸਮਾਂ ਦੇਣਾ ਭਲਵਾਨਾਂ ਨੂੰ ਮਾਲਵਾ ਟੀਵੀ। ਹਾਂਜੀ ਬਿਲਕੁਲ ਹੋਈਏ ਸਰ ਜਗ, ਹਾਂਜੀ ਹਾਂਜੀ
समा जिहड़ा बहुत हो गया मालवा टीवी दुनिया देखी जा रही लो भाई छोटी रुमालिया 41,000 दी और बुरा हाँ जी दो मिनट का समा ठीक है जी दो मिनट का समा जी दोनों ही पहलवान अखाड़े पर आएंगे लवप्रीत खन्ना ते प्रिंस कोहाली कोहाली खड़ा बॉर्डर एरिया पाकिस्तान भी कहते लग गए उतों आ 15 किलोमीटर पाकिस्तान आ कोहाली खड़ा ओ खड़ा जिथों पंजाब नहीं महाराष्ट्र तो पहलवान आ के भी सोच रहा वो पहलवानी कर दे नहीं भी इतना नहीं है बुड्ढा बड़दा खड़ा ये खड़ा बुड्ढा बड़दा इतने किसी भी पहलवान के ना सो कोई भी जाति नहीं होगी क्योंकि पुराना अखाड़ा है जड़ा बहुत समय का यह जड़ा खड़ा बहुत ही सत्कारयोग रुस्तमे हैं पदार्थ पहलवान जी कोहाली अंबर उन्होंने बेनती है तो बहुत ही सत्कारयोग डीएसपी साहब मान सम्मान किया जाएगा मुकेश जी के नाल पदार्थ पहलवान जी रुस्तमे हिंद डीएसपी साहब उन्होंने बेनती है कि उधरली साइड उन्होंने मान सम्मान क्योंकि सो चैंपियनशिप सो मेरे भीओ ना बड़ा ओलंपिक दे विच क्वालीफाई किया होया ओलंपिक तक तां नाम दुनिया के चलते आ सो मान सम्मान उधरली साइड स्टेज थे पदार्थ पहलवान रुस्तमे हिंद कोहाली वाले उन्हों का मान सम्मान तो डीएसपी साहब सो मुकेश जी उन्हों का मान सम्मान उधरली साइड सो किया स्टेज पर किया जा रहा हाँ जी अजय प्रधान जी नाल होके डीएसपी साहब उन्होंने भी नाल लग जाए हाँ जी हाँ जी बहु बई सिरे दियां कोश्तियां तीन आ यह तीन कोश्तियां तो एक परची मेरे को रुस्तमे हिंद पदार्थ पहलवान रुस्तमे हिंद के अर्जना वाडी डीएसपी साहब सो मुकेश बई गल सुन लो एहो जिहे जिहड़े उस्ताद लोग आ जिन्होंने एडा नाम बनाया एक किसे किसे छिंज मेले च देखने मिलते अज भागा वाला यह जिहड़ा छिंज मेला बुढ़ा बढ़ता जे कुश्तियां दा स्वाद आया जे बुढ़ाबड़ दे छिंज मेले दे प्रबंधकां दा प्रबंध वधिया लगा ते अज दे उस्ताद लोग इत्थे पहुंचे डीएसपी साहब मुकेश जी दे रुस्तमे हिंद पदार्थ पहलवान जी ते बई सारे जने एक बारी ताड़ी खुल के मारो खड़े खड़े मारो ताड़ी खुल के बई सो उन्हां दा मान सम्मान अजय जी आओ टोली टोली बई 22 सितंबर सिंह मेला होएगा हरदो खुंदपुर जस्सा पट्टी की गल होएगी साबे कोहाली की गल होएगी उस मैदान दे विच पूरे हिंदुस्तान की क्रीम कट्ठी की है भी हरदो खुंदपुर वाले ने 22 तरीक नू गल होएगी जस्सा पट्टी साबा कोहाली अजय भाजी अजय जी आओ एक मिनट लई हेलो लो भाई आ कुश्ती सिरे दिया अमित चंडीगढ़ दे कोहाली वाला राणा तुसी दसो एक कुश्ती नू 10 मिनट दईए के हुणे छड़ा दईए दसो दसो भाई ऐदा नहीं रौला पा के दसो दे दईए ओ कहिंदे 10 मिनट दे दो लो जी 10 मिनट कुश्ती नू ठीक है जी इधर मान सम्मान मास्टर मुख्तियार सिंह जी ठाकुर इंदर सिंह जी सो भुपिंदर सिंह जी यूएसए उन्होंने पिता जी सो इधर मास्टर मुख्तियार सिंह जी सो मान सम्मान किया जा रहा डीएसपी साहब मुकेश जी का अर्जना वाडी ते रुस्तमे हिंद पदार्थ पहलवान कोहाली उन्होंने जड़े आ मान सम्मान बुढ़ा बड़ा बड़ा दंगल उहदे विच किते जा रहे सो राजकुमार राजू जी पत्रकार साहब लो बई ताड़ी खुल के मार दो जरो अज दे इना
सो महान शख्सियतां जड़ियां पहुंचिया सो ताड़ी आपा खुल के मारांगे बहुत ही सो अज माण वाली गल आ कि एहो जिहा मल साडे खड़े मालवा टीवी डॉट कॉम उहदे वास्ते 200 टोनी वालों 10 मिनट दे उत्ते जी ठीक आ 10 मिनट उधर आ सो मालवा टीवी वाले उन्हां लई लो बई एक हैरी खन्ना ते संदीप चंडीगढ़ हाँ जी एक कुश्ती रहिंदी हाँ जी अजी नाल ही ठीक है जी प्रिंस कोहाली ते लवप्रीत खन्ना छोटी रुमाली दे मल भी आउणगे ओह भी आउण अखाड़े विच जल्दी आओ बई लवप्रीत खन्ना ते कोहाली वाला प्रिंस संदीप चंडीगढ़िया कित्थे आ बई संदीप संदीप चल गया हो गई कुश्ती उसकी आ पर्ची लो हाँ जी बिल्कुल आ लो पर्ची जी पर्ची लाओ तुसी भाई प्रिंस कोहाली रंधावा जी दो मिनट का समा दे दे टोली भाई प्रिंस कोहाली हाथ खड़ा करे प्रिंस कोहाली लवप्रीत खन्ना ये दो नंबर की चंडी ये कोई छोटे मोटे मल नहीं कुश्ती देखियो करंट देखियो कि बब्बर शेरां दी टक्कर है एक कुहाड़ी दी धरती ते कहंदे प्रताप चंडिया होया चेला है दूजे पखे नौजवान लवप्रीत खन्ने वाला जिथों दा रूपल खन्ना होया गल मैदान दे विच होएगी गल इस धरती दे विच होएगी मालवा टीवी मालवा टीवी इधर आइए जी फोटो मालवा टीवी दा तुसी अपलोड करके फोटो भी चक सकते हैं सो एक एक कुश्ती दी जड़ी आ ओ मेरे भीरो देखो स्नैप ले जा रही आ ए यादगारी लवप्रीत खन्ना ते कोहाली वाला प्रिंस ए छोटी रुमाली आ मैं दस दवा एक नी पांच नी दस नी बी नी पच्ची नी ओ भाई पूरे 41,000 दी कुश्ती आ ताड़ी खुल के मार दो मारो ताड़ी खुल के 41,000 दी कुश्ती आ इस वेले सो संजय बलवान जी जड़े आ सो रेफरी ऑफिशियल होणगे ए छोटी रुमाली दे टोनी वीर और बता दईए लो टोनी कहिंदा हजार मेरे वालों पा लो 42,000 दी होगी कुश्ती 42,000 वाह भाई लवप्रीत ते प्रिंस बहुत सिरे दी कुश्ती इस वेले आ देख लो वड्डी रुमाली दे मल भी रेडी हो जाओ बई वड्डी रुमाली आओ की हो गया बई कड़ा पेचा पा लिया वाह जी रंधावा जी रंधावा जी सिर्फ 5 मिनट दियो मैनू क्योंकि राहुल मास्टर जी वड्डा मान है वड्डा सम्मान अजय जी वाह इधर मैदान दे विच वड्डे मुकाबले भी बुढ़े भर दी धरती ते इधरले पखे भाई अंदर पहलवान जी अंदर अमित चंडीगढ़ वड्डा मान है वाह कि पहलवानी की गल अज बुढ़े भर दे विच है आ देखो शरीर कि मिट्टी दे नाल मिट्टी होना पैंदा है पहलवानी दीआं गल्लां अज इस मैदान दे विच वाह नहीं रीसा के कच्चे घड़े दी गल ना होनी जे सोहनी चना ना तरदी के राणी झांसी कौन कहंदा जे बिच मैदान ना लड़दी के रांझे दा इतिहास ना हुंदा रांझे दा इतिहास ना हुंदा जे हीर इश्क ना करदी के गुरदास मान ने गौणा नहीं सी गुरदास मान ने गौणा नहीं सी जे कलम ताकत ना फड़दी के दारा सिंह ने मरना नहीं सी तारा सिंह ने मरना नहीं सी जे मौत हुंदी ओदे करदी छाती विच जे वल होवे दुनिया ताही चिते करदी उधरले पखे लवप्रीत खन्ना वाह इधर मास्टर राहुल जी वड्डा मान वड्डा सम्मान रंधावा जी बल्ले बल्ले है बल्ले बल्ले कि पिच पै गए नाल बगाने पता लगूगा बिच मैदाने पता लगूगा बिच इधरले पखे भी कुश्ती बड़ी वधिया है वाह कहंदे अमित चंडीगढ़िया दूजे पखे नौजवान के कदे सज्जे कदे खब्बे कदे उपर कदे थले कहंदे पूरी बल्ले बल्ले है पूरी बल्ले बल्ले अज बुढ़े वर्दी धरती ते लगिया होईयां रौनकां पहलवाना दे युद्ध वाह ए है पहलवानी उधरले पखे नौजवान लवप्रीत खन्ने वाला वाह हट हट पिछे कदे तोल मारे कदे टाक मारे क्योंकि पहलवानी दे तावड़े हुंदे ने वाह नहीं रिसा इन्हां नौजवानां दीआं नहीं रिसा इन्हां पहलवानां दीआं वाह एक पखे लवप्रीत खन्ना वाह नहीं रिसा इन्हां पहलवानां दीआं बहुत अच्छे शाबाश शाबाश शाबाश
लाओ 42,000 दी कोश्ती आजी 42,000 दी आज नहीं सिरे दिया लापरीत ते होन कोश्ती नहीं होन जा रही है लाओ सुनो एक लखे ते 1,000 दी कोश्ती आ वाह भाई वाह कुहाड़ी वाला साबा दे रूपल खन्ना बड़े माले ओ भी जड़े आ दो कमेंट दा समा जदो आ एक कोश्ती इधर सो आज जड़ी समाप्त हो गई थी अपा बड़ी नमाली दे पलवान बड़े माल एक लाख ते 1,000 ओ आज जड़िया और बड़ी नमाली दी राशि रखी गई या ओ भी माल लौंड गए खन्ने वाला रूपल ते कुहारी वाला सबा अनदाबा जी दो मिनट अजय पाजी चार पांच दिन हो गए मैं कमेंट्री कर रहा सी हिमाचल दे विच रवि जी शराबी मिल गया रजिया शराब दे नाल एक शराबी रजिया मिल गया शराब दे नाल कहंदा कोई नशिया दा इलाज हैगा मैं क्या नशा भंग दा नशा फीम दा कहंदा की इलाज आ ओए मैं क्या भंग मंगे रोटियां फीम मंगे की कहंदा शराब की मंगे मैं क्या शराब मंगे जुतियां तू सोच समझ के पी सोच समझ के पी सोच समझ के पी इधर मैदान दे विच वाह उधर ले पके बड़ा बढ़िया मुकाबला वाह एक मिनट का समा शाबाश हो गया नहीं रिसा उधर पूरी बल्ले बल्ले है पूरी बल्ले बल्ले है नहीं रिसा ये है युद्ध ये है मुकाबले वाह वाह भाई रूपले नौजवाना हो टोली भाई दर्शकों जेड़ा हुण मुकाबला होना है 1,01,000 उधर ले पके नौजवान प्रयास करते हुए कि वाह ओ शेर जवाना खेडी जा बिच मदाना कुश्ती ता ही जितन गए जिन्हां दे डोलियां पत्तां बिच जाना लवप्रीत खन्ना वाह प्रिंस कुहाड़ी भाई एक पखे लवप्रीत है दर्शकों ताड़ी लाओ यार खिंच के ताड़ी ला दो ताड़ी लाओ वाह ये फुट्टे वर्दी धरती है भाई बड़े बड़े मान होने ने बाजी बलाइए खाने थोड़े बड़ी रमाली लाओ मैं बेंती करता सबे भी रे आज ही होना पा रूपल खन्ने वाला रूपल खाने जावे भाई जल्दी देख कुहाड़ी वाला सबा 1,01,000 दी कोहती जड़ी खाड़े बच मेरे भी हो ओ होने जा रही ओ ओ आओ लापरीत वाह ओ लापरीत कहते तोल के रखता मुंडे ने तोल के रख देता सो कुहाड़ी वाला प्रिंस तोली रखता तोली के रखता तोली कुहाड़ी वाला प्रिंस 1,000 जड़ा टोनी बलो नाल दे नाल सो बल्ले बल्ले करा गया भाई बल्ले बल्ले लाओ रूपा जी आइए हुण आपां भाई दर्शकों देखियो कितना काम होया मैदान दे विच जे बुड्ढे बाड़ा सिंह मेला बढ़िया लग रहा ताड़ी जोर ना लाओ एक बारी जोर ना ताड़ी क्योंकि भाई कहते सीटी मारनी है चीका मारनी है भाई वो मालिक दे अखाड़े विच उसकी बड़ी अपार कृपा है आ जादा भी रुबला नौजवाना भज के चल 1,01,000 दा मुकाबला क्योंकि बुड्ढे बाड़ दी धरती है बुड्ढे बाड़ वाले लख लख मुबारकबाद अजय जी वाकई इतिहास कायम हो गया है हिंदुस्तान दे सुपर स्टार है कहंदे रूपल खन्ना दूजे पखे नौजवान सबे कुहाड़ी दी गल होएगी क्योंकि बुड्ढे बाड़ दी धरती है बुब्बे बुड्ढे बाड़े किसे गल दा मुहताज नहीं के ना चलदा बुड्ढे बाड़ दा पूरे पंजाब दे विच की गल करा पूरे हिंदुस्तान दे विच वक वक स्टेटां दे विच जदों सिंझा मेलियां दी गल हुंदी है बुड्ढे बाड़ दा ना चलदा टोली लाओ कुहाड़ी वाला साबा वे साबा कुहाड़ी ते वाजी हाजी लाइट वाले भीर नु बेनती है भाई लाइटा दा प्रबंध दा पूरा लाइट ऑन करदा है क्योंकि कबड्डी कप्पा च लाइटा जड़ियां वाजी टोली दर्शकों मैं बड़ा आभारी हां क्योंकि माली दा सिंझ मेला एक तुहानू गल सुनाण लगा कि एक सिफत करा परमात्मा दी एक सिफत करा परमात्मा दी जिन्ने शरीर दिता दूजा दिमाग वखरा एक सिफत करा अंग्रेजा दी ओ जिन्ना ट्रेन चलाई नाले जहाज वखरा एक सिफत करा इन्हां बाणियां दी
ਜਿਹੜੇ ਮੂਲ ਲੈਂਦੇ ਨਾਲੇ ਵਿਆਜ ਵੱਖਰਾ, ਇੱਕ ਸਿਫਤ ਕਰਾਂ ਇਹਨਾਂ ਮਾਪਿਆਂ ਦੀ ਜਿਹੜੇ ਧੀ ਦਿੰਦੇ ਨਾਲੇ ਦਾਜ ਵੱਖਰਾ। ਬਈ ਤਾੜੀ ਲਾ ਦਿਓ ਜੇ ਗੱਲ ਚੰਗੀ ਲੱਗੀ ਹੈ ਤਾਂ, ਤਾੜੀਆਂ ਲਾ ਦਿਓ ਕਿਉਂਕਿ ਬੁੱਢੇਬੜ ਦਾ ਸਿੰਝ ਮੇਲਾ ਹੈ ਅੱਜ ਜ਼ੋਰਾਂ ਸ਼ੋਰਾਂ ਤੇ ਹੈ। ਆ ਜਾ ਵੀ ਨੌਜਵਾਨਾਂ, ਆ ਜਾ ਵੀ ਰੂਬਲਾ ਭੱਜ ਕੇ, ਕਿਉਂਕਿ ਰੂਬਲ ਦੀ ਗੱਲ ਹੋਣੀ ਹੈ ਸ਼ਾਬੇ ਕੁਹਾਲੀ ਦੇ ਨਾਲ। ਵਾਹ, ਵੱਡਾ ਮਾਣ ਕਰਦੀ ਹੈ ਦੁਨੀਆ, ਵੱਡਾ ਮਾਣ ਕਰਦੇ ਨੇ ਸਾਡੇ ਟੋਨੀ ਭਾਜੀ। ਵਾਹ ਬਈ, ਕਹਿੰਦੇ ਕਿ 1,02,000 1,01,000 ਹੋਏਗਾ ਕਮੇਟੀ ਵੱਲੋਂ, 1,000 ਸਾਡੇ NRI ਵੀਰਾਂ ਵੱਲੋਂ। ਵਾਹ, ਜਿਹੜਾ ਵਿਨਰ ਅਪ ਹੋਏਗਾ, ਕਿਉਂਕਿ ਸ਼ਾਬੇ ਦੀ ਗੱਲ ਟੋਲੀ ਕਿ ਰੱਬ ਰੱਬ ਕਰੇ ਬੰਦਾ ਮਾਰੇ ਰੱਬ ਦੇ ਬੰਦਿਆਂ ਨੂੰ, ਰੱਬ ਰੱਬ ਕਰੇ ਬੰਦਾ ਮਾਰੇ ਰੱਬ ਦੇ ਬੰਦਿਆਂ ਨੂੰ। ਇਹਨਾਂ ਵੀ ਨਹੀਂ ਬੰਦੇ 'ਚ ਹੰਕਾਰ ਹੋਣਾ ਚਾਹੀਦਾ। ਰੱਬ ਰੱਬ ਕਰੇ ਬੰਦਾ ਮਾਰੇ ਰੱਬ ਦੇ ਬੰਦਿਆਂ ਨੂੰ, ਇਹਨਾਂ ਵੀ ਨਹੀਂ ਬੰਦੇ 'ਚ ਹੰਕਾਰ ਹੋਣਾ ਚਾਹੀਦਾ। ਇੱਟ ਚੁੱਕਣ ਤੋਂ ਪਹਿਲਾਂ ਪੱਥਰ ਉਠਾਓ, ਪਰ ਪਹਿਲਾਂ ਨਹੀਂ ਉਹ ਕਿਸੇ ਉੱਤੇ ਵਾਰ ਹੋਣਾ ਚਾਹੀਦਾ। ਤੇਰੇ ਗਲ ਗਾਤਰਾ ਤੇ ਮੇਰੇ ਗਲ ਜਨੇਊ, ਦੋਨਾਂ ਦਾ ਹੀ ਦਿਲੋਂ ਸਤਿਕਾਰ ਹੋਣਾ ਚਾਹੀਦਾ। ਰੱਬ ਦੀ ਬੰਦਗੀ ਬੰਦਾ ਕਰੇ ਭਾਵੇਂ ਨਾ ਕਰੇ, ਪਰ ਬੰਦੇ ਦਾ ਤਾਂ ਬੰਦੇ ਨਾਲ ਪਿਆਰ ਹੋਣਾ ਚਾਹੀਦਾ। ਬਈ ਤਾੜੀ ਲਾ ਦਿਓ, ਤਾੜੀ ਲਾ ਦਿਓ, ਤਾੜੀ ਲਾ ਦਿਓ, ਕਿਉਂਕਿ ਬੁੱਢੇਬੜ ਦਾ ਸਿੰਝ ਮੇਲਾ ਹੈ, ਬੁੱਢੇਬੜ ਦਾ ਸਿੰਝ ਮੇਲਾ, ਕੁਸ਼ਤੀ ਬੜੀ ਪਿਆਰੀ ਹੋਣੀ ਹੈ, ਬਹੁਤ ਸਿਰੇ ਦੀ ਕੁਸ਼ਤੀ। ਸੋ ਮੇਰੇ ਸਿਰੇ ਦੀ ਕੁਸ਼ਤੀ ਹੋਣ ਜਾ ਰਹੀ ਆ, ਕੁਹਾਲੀ ਵਾਲਾ ਸਾਬਾ ਤੇ ਖੰਨੇ ਵਾਲਾ ਰੂਬਲ। ਅੱਜ ਬੁੱਢੇਬੜ ਮਕੇਰੀਆਂ ਹਲਕਾ ਜ਼ਿਲ੍ਹੇ ਹੁਸ਼ਿਆਰਪੁਰ ਦਾ ਵੱਡਾ ਦੰਗਲ ਆ, ਵੱਡਾ ਦੰਗਲ ਜਿਹੜਾ ਇਹ ਕਰਵਾਇਆ ਜਾ ਰਿਹਾ। ਸੋ ਨੋਟ ਕਰੀ ਜਾਓ, ਨਵੰਬਰ ਮਹੀਨੇ ਦੀ 16 ਤੇ 17 ਤਰੀਕਾ ਸ਼੍ਰੀਪੁਰ ਦਾ ਦਸੂਏ ਦੇ ਨੇੜੇ ਬਹੁਤ ਵੱਡਾ ਜਿਹੜਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸ਼੍ਰੀਪੁਰ ਵੱਲੋਂ ਪਹਿਲਾ ਇਨਾਮ 51,000, ਦੂਜਾ 41, ਬੈਟ ਰੇਡਰ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾ ਰਹੇ ਆ। 20-21 ਤੇ 22 ਨਵੰਬਰ ਕਧਾਲਾ ਜੱਟਾਂ ਦੇ ਵੱਡੇ ਕਬੱਡੀ ਕੱਪ ਦੀਆਂ ਹੋ ਗਿਆ। ਸੋ ਦੁੱਗਾ ਵਾਲਾ ਤੇ ਲੁੱਦਰ ਦਾ ਭੇੜ ਕੈਨੇਡਾ 'ਚ ਜਿਹੜਾ ਦੇਖਿਆ ਤੁਸੀਂ, ਉਹ ਸੋ ਕਧਾਲਾ ਜੱਟਾਂ 'ਚ ਹੋਊਗਾ। ਹੈਲੋ ਢੋਲੀ ਢੋਲੀ ਵੀਰ, ਬਈ ਦਰਸ਼ਕੋ, ਜਿਹੜਾ ਰੂਬਲ ਖੰਨਾ ਹੈ ਨਾ, ਕਹਿੰਦੇ ਭਲਵਾਨੀ ਕਰਕੇ ਹੀ, ਭਲਵਾਨੀ ਨਾਲ ਬੜੇ ਬੜੇ ਬੰਦੇ ਅਫਸਰ ਲੱਗੇ ਹੈ, ਭਲਵਾਨੀ ਕਰਕੇ ਹੀ ਨੈਕ ਸੂਬੇਦਾਰ ਦੀ ਭਰਤੀ 'ਚ ਹੋਇਆ ਨੌਜਵਾਨ, ਭਲਵਾਨੀ ਕਰਕੇ। ਤਾੜੀ ਲਾ ਦਿਓ, ਤਾੜੀ ਲਾ ਦਿਓ ਢੋਲੀ। ਛੱਡ ਦੇ ਰਿਸ਼ ਸ਼ਰਾਬੀਆਂ ਦੀ, ਤੂੰ ਛੱਡ ਦੇ ਰਿਸ਼ ਕਬਾਬੀਆਂ ਦੀ, ਛੱਡ ਦੇ ਟਾਣੀ ਗੱਪਾਂ ਦੀ, ਕਰ ਲੋ ਮੁੰਡਿਓ ਭਲਵਾਨੀ, ਭਲਵਾਨੀ ਹੋ ਗਈ ਲੱਖਾਂ ਦੀ, ਹੋ ਗਈ ਲੱਖਾਂ ਦੀ। ਬਈ ਤਾੜੀ ਲਾ ਦਿਓ, ਤਾੜੀ ਲਾ ਦਿਓ, ਤਾੜੀ ਲਾ ਦਿਓ। ਅੱਜ ਲੱਖਾਂ ਦੀ ਗੱਲ, ਬੁੱਢੇਬੜ ਦੀ ਧਰਤੀ ਤੇ ਬੜੀ ਪਾਵਨ ਧਰਤੀ ਹੈ, ਪੂਰੇ ਬੁੱਢੇਬੜ ਨੂੰ ਲੱਖ ਲੱਖ ਮੁਬਾਰਕਬਾਦ, ਕਿਉਂਕਿ ਪੂਰੇ ਪਿੰਡ ਨੇ ਵੱਡਾ ਉਪਰਾਲਾ ਕੀਤਾ। ਇਹ ਛੋਟੇ ਮੋਟੇ ਮੱਲ ਨਹੀਂ, ਸਮੇਂ ਦੇ ਸਟਾਰ ਹੈ। 4, 5, 6, 7 ਕਬੱਡੀ ਖੇਡ ਹੋਏਗੀ ਬੁੱਢੇਬੜ ਦੀ ਧਰਤੀ ਤੇ, ਪੰਚਾਇਤ ਟੂਰਨਾਮੈਂਟ 5, 6, 7। ਹਾਂਜੀ ਰੰਧਾਵਾ ਜੀ, ਬਈ ਪ੍ਰਬੰਧਕਾਂ ਨੇ ਦੱਸਿਆ ਗਿਆ ਕਿ 25 ਮਿੰਟ ਦੀ ਕੁਸ਼ਤੀ, 25 ਮਿੰਟ ਦੀ ਕੁਸ਼ਤੀ ਚ ਹਰ ਪਾਰ ਦਾ ਫੈਸਲਾ। ਮੇਰੇ ਤੱਕ ਜਿਹੜੀ ਜਾਣਕਾਰੀ ਆਈ ਆ, 25 ਮਿੰਟ ਦੀ ਕੁਸ਼ਤੀ ਆ ਤੇ ਹਰ ਪਾਰ ਦਾ ਫੈਸਲਾ। ਅਜੇ ਜੀ, 25 ਮਿੰਟ ਦੀ ਕੁਸ਼ਤੀ ਤੇ ਹਰ ਪਾਰ ਦਾ ਫੈਸਲਾ, ਤੋਂ ਅਗਲਾ ਜਿਹੜਾ ਤੁਹਾਡਾ ਹੈ ਨਾ, ਤੁਹਾਡੀ ਪ੍ਰਬੰਧਕ ਕਮੇਟੀ ਦਾ ਜੋ ਵੀ ਹੋਊਗਾ। ਰਕੇਸ਼ ਕੁਮਾਰ, ਰਕੇਸ਼ ਭਲਵਾਨ ਜੀ ਗੁਰਦਾਸਪੁਰ ਤੋਂ ਜਿਹੜੇ ਇੱਥੇ ਪਹੁੰਚੇ ਆ, ਆਪਾਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਤਹਿ ਦਿਲ ਤੋਂ। ਰਿੰਕੂ ਜੀ ਦੇ ਪਿਤਾ ਜੀ ਜਗਦੀਸ਼ ਮਿੱਤਲ ਜੀ, ਆਨੰਦ ਆ ਰਿਹਾ ਕਿ ਨਹੀਂ ਕੁਸ਼ਤੀ ਦਾ? ਵਾਹ ਜਗਦੀਸ਼ ਮਿੱਤਲ ਜੀ, ਉਹ ਵੀ ਬੜੇ ਪਿਆਰ ਦੇ ਨਾਲ। ਸੋ ਇਹ ਜਿਹੜੀ ਵੱਡੀ ਰੁਮਾਲੀ ਦੀ ਕੁਸ਼ਤੀ ਆ, ਉਹਦੇ ਰੈਫਰੀ ਆਫੀਸ਼ਲ ਹੋਣਗੇ ਗੌਤਮ ਭਲਵਾਨ ਜੀ। ਉਹ ਸੋ ਵਾਕਈ ਬਈ ਇਹ ਮਾਣ ਵਾਲੀ ਗੱਲ ਹੋ ਜਾਂਦੀ ਆ, ਕਿਉਂਕਿ ਤਜਰਬੇਕਾਰ ਅੱਖ ਬਾਜ ਵਾਲੀ ਤੇ ਨਿਮਰਤਾ ਸਾਧ ਵਾਲੀ ਚਾਹੀਦੀ ਆ। ਸੋ ਇਹੋ ਜਿਹੀਆਂ ਕੁਸ਼ਤੀਆਂ ਦੀ ਰੈਫਰੀ ਕਰਨੀ ਜਿਹੜੀ ਆ, ਉਹ ਬਹੁਤ ਮੇਰੇ ਵੀਰੋ, ਉਹ ਜਿਹੜੀ ਵੱਡੀ ਗੱਲ। ਮੇਰਾ ਪਿੰਡ ਆ ਰੰਧਾਵਾ ਦਸੂਏ ਦੇ ਨੇੜੇ, 7 ਤੇ 8 ਅਕਤੂਬਰ। ਬਈ ਆਓ ਆਓ, ਜਲਦੀ ਆ ਜਾਓ, ਆ ਗਿਆ ਬਈ। ਓਹੋ ਵਾਹ, ਉਹ ਖੰਨੇ ਵਾਲਿਆ, ਖੰਨੇ ਵਾਲਿਆ, ਇੱਧਰ ਆ ਸਾਬਾ ਕੁਹਾਲੀ ਕੇ ਪੱਟਾਂ ਦੇ ਨਾਲ ਪੱਟ ਨੇ ਖੈਂਦੇ, ਡੌਲਿਆਂ ਨੂੰ ਯਾਰ ਉਹ ਹੱਥ ਨਹੀਂ ਪੈਂਦੇ। ਕਿਹੜੇ ਪਿੰਡ ਦਾ ਭਲਵਾਨ, ਲੋਕੀ ਉਂਗਲਾ ਕਰ ਕਰ ਪੁੱਛਦੇ ਆ, ਜਦ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਵਿੱਚ ਖਾੜਿਆਂ ਬੁੱਕਦੇ ਆ। ਸਾਰੀ ਕਮੇਟੀ ਬੁੱਢਾਬੜ ਦੀ ਸਾਰੀ ਕਮੇਟੀ ਨੂੰ ਬੇਨਤੀ ਆ, ਸੋ ਪਲੀਜ਼ ਆਪਾਂ ਜਿਹੜੀ ਇਹ ਕੁਸ਼ਤੀ ਦੀ ਸ਼ੁਰੂਆਤ ਲਾਈਵ ਚੱਲ ਰਿਹਾ ਮਾਲਵਾ ਟੀਵੀ 'ਤੇ, ਸੋ
ਕੁਹਾਲੀ ਬੜਾ ਸਾਬਾ ਤੇ ਖੰਨੇ ਬੜਾ ਰੂਬਲ ਵਾਜੀ ਅਖਬਾਰਾਂ ਚ ਵੀ ਕੱਲੂ ਗੱਲ ਹੋਣੀ ਆ ਤੇ ਮੇਰੇ ਵੀਰੋ ਐਨ ਸਿਰੇ ਦੀ ਗੱਲ ਹਾਂਜੀ ਹਾਂਜੀ ਬਿਲਕੁਲ ਹਾਂਜੀ ਅੱਜ ਦਾ ਜਿਹੜਾ ਇੱਕ ਲੱਖ ਤੇ ਇੱਕ ਹਜ਼ਾਰ ਤੇ ਜਿਹੜਾ ਹਜ਼ਾਰ ਆ ਉਹ ਲਾਤਾ ਸਾਡੇ ਵੀਰ ਨੇ ਟੋਨੀ ਨੇ ਹਾਂਜੀ ਠੀਕ ਆ ਜੀ ਲਓ ਬਈ ਆਹ ਕੁਸ਼ਤੀ ਜਿਹੜੀ ਇਹਦੀ ਸ਼ੁਰੂਆਤ ਹੋਣ ਗੌਤਮ ਬਲਵਾਨ ਜੀ ਸਾਡੇ ਜਿਹੜੇ ਆ ਉਹ ਰੈਫਰੀ ਹੋਣਗੇ ਤੇ ਬਾਕੀ ਬਾਹਰਲੀ ਸਾਈਡ ਬਈ ਸਾਰੇ ਵੀਰ ਬਾਹਰਲੀ ਸਾਈਡ ਭਾਰਤ ਕੇਸਰੀ ਹਿੰਦੁਸਤਾਨ ਕੇਸਰੀ ਰੁਸਤਮੇ ਹਿੰਦ ਇਹ ਖਿਤਾਬ ਮਿਲਦੇ ਭਲਵਾਨੀ ਵਿੱਚ ਇਹ ਖਿਤਾਬ ਮਿਲਦੇ ਆ ਭਲਵਾਨੀ ਦੇ ਵਿੱਚ ਕੁਹਾਲੀ ਵਾਲਾ ਸਾਬਾ ਬਾਈ ਲਾਈਟਾਂ ਮੇਰਾ ਭਰਾ ਜਿਹੜੀਆਂ ਲਾਈਟਾਂ ਬਈ ਬਿਲਕੁਲ ਬਿਲਕੁਲ ਅਖਾੜੇ ਵਿੱਚ ਸਿਰਫ ਰੰਧਾਵਾ ਜੀ ਲਾਈਟ ਸਿਰਫ ਰੈਫਰੀ ਹੋਏਗਾ ਅਖਾੜੇ 'ਚ ਰੰਧਾਵਾ ਜੀ ਤੁਸੀਂ ਵੀ ਹੁਣ ਮੇਰੇ ਕੋਲ ਆ ਜਾਓ ਮੇਰੇ ਲਾਗੇ ਕਿਉਂਕਿ ਤੁਸੀਂ ਮੇਰੇ ਤੋਂ ਦੂਰ ਦੂਰ ਖੜੇ ਹੋ ਦੂਰ ਦੂਰ ਖੜੇ ਹੋ ਕਿ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ ਕਿ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਕਿਉਂਕਿ ਤੁਸੀਂ ਸਟਾਰ ਹੋ ਹਾਂਜੀ ਰਿੰਕੂ ਫੌਜੀ ਜੀ ਨੂੰ ਬੇਨਤੀ ਆ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਓ ਰਿੰਕੂ ਫੌਜੀ ਜੀ ਦੌੜ ਕੇ ਆਉਣ ਜੀ ਰਿੰਕੂ ਫੌਜੀ ਸੋ ਜੌਲੀ ਫੌਜੀ ਜੀ ਉਹਨਾਂ ਵੱਲੋਂ 11,000 ਦਾ ਯੋਗਦਾਨ ਜਿਹੜਾ ਹੈ ਸ਼ਿੰਝ ਮੇਲੇ ਵਾਸਤੇ ਤੇ ਇੱਧਰ ਫੌਜੀ ਸਾਹਿਬ ਦਾ ਟੋਲੀ ਇੱਕ ਮਿੰਟ ਟੋਲੀ ਬਸ ਇੱਕ ਮਿੰਟ ਜੀ ਤੁਹਾਡੇ ਨਾਲ ਹੀ ਆ ਜੀ ਲਓ ਮਾਨ ਸਨਮਾਨ ਕੀਤਾ ਜਾ ਰਿਹਾ ਰਿੰਕੂ ਫੌਜੀ ਜੀ ਜਿਹਨਾਂ ਨੇ ਵਧੀਆ ਕੁਸ਼ਤੀ ਅੱਜ ਦਿਖਾਈ ਆ ਬੁੱਢਾਬੜ ਵਾਲੇ ਫੌਜੀ ਸਾਹਿਬ ਬੱਲੇ ਬੱਲੇ ਕਰਾਤੀ ਆ ਤੇ ਲਓ ਹੁਣ ਲਓ ਬਈ ਪੂਰਾ ਸਵਾਦ ਕੁਸ਼ਤੀ ਦਾ ਆਨੰਦ ਲਓ 1,01,000 ਦੀ ਜਿਹੜੀ ਆ ਮੇਰੇ ਵੀਰੋ ਕੁਸ਼ਤੀ ਨਹੀਂ ਬੱਲੇ ਬੱਲੇ ਹੋਈ ਪਈ ਆ ਤੇ ਗੱਲ ਮੋਨੂ ਸਿਰੇ ਦੀ ਲਾਈਏ ਟਿਕਾਣੇ ਲਾਈਏ ਟੋਲੀ ਬਈ ਦਰਸ਼ਕੋ ਹੁਣ ਦਿਨ ਚੜ ਗਿਆ ਬਈ ਬੁੱਢੇਬੜ ਵਾਲਿਆਂ ਨੇ ਇਤਿਹਾਸ ਕਾਇਮ ਕਰ ਦਿੱਤਾ ਇਹ ਛੋਟੇ ਮੋਟੇ ਭਲਵਾਨ ਨਹੀਂ ਦੁਨੀਆ 4-4, 5-5 ਲੱਖ ਨੂੰ ਬੁਲਾਉਂਦੀ ਹੈ ਫਿਰ ਭਲਵਾਨ ਮਿਲਦੇ ਹੈ ਅਜੇ ਹੁਣਾਂ ਦੀ ਮਿਹਨਤ ਦੇ ਨਾਲ ਇਹ ਬੁੱਢੇਬੜ ਪੂਰੇ ਪਿੰਡ ਦੀ ਮਿਹਨਤ ਦੇ ਨਾਲ ਰਿੰਕੂ ਯੂਐਸਏ ਵਾਲੇ ਕਾਲੂ ਯੂਐਸਏ ਵਾਲੇ ਕਿ ਪਰਦੇਸੀ ਨਾਲ ਪਿਆਰ ਨਾ ਪਾਇਓ ਭਾਵੇਂ ਲੱਖ ਸੋਨੇ ਦਾ ਹੋਵੇ ਇੱਕ ਗੱਲੋਂ ਪਰਦੇਸੀ ਚੰਗਾ ਜਦੋਂ ਯਾਦ ਆਏ ਉਦੋਂ ਰੋਵੇ ਜਦੋਂ ਬਈ ਕਾਲੂ ਫਰਾਜ਼ ਭੁਪਿੰਦਰ ਯੂਐਸਏ ਇੱਧਰ ਸਾਡੇ ਮਾਸਟਰ ਜੀ ਆਨੰਦ ਆਇਆ ਕਿ ਨਹੀਂ ਆ ਗਿਆ ਉਧਰ ਕੁਹਾਲੀ ਵਾਲਾ ਸਾਬਾ ਕਿ ਮਿੱਤਰਾਂ ਨੂੰ ਦੱਸਣੇ ਦੀ ਲੋੜ ਕੋਈ ਨਾ ਸਾਡੇ ਬੱਲਿਆ ਰਿਕਾਰਡ ਬੋਲਦੇ ਮੁੰਡੇ ਦੇ ਕੁਹਾਲੀ ਵਾਲੇ ਦੇ ਰਿਕਾਰਡ ਬੋਲਦੇ ਆ ਜ਼ਿਲ੍ਹੇ ਅੰਮ੍ਰਿਤਸਰ ਦੇ ਰਿਕਾਰਡ ਬੋਲਦੇ ਆ ਮਾਝੇ ਏਰੀਏ ਦੇ ਬਾਈ ਐਨ ਬੱਲੇ ਬੱਲੇ ਦੇ ਨਾਲ ਗਾਉਣਾ ਖੰਨੇ ਵਾਲਾ ਰੂਬਲ ਆ ਮਾਲਵਾ ਏਰੀਆ ਲੁਧਿਆਣਾ ਜ਼ਿਲ੍ਹਾ ਨਾ ਮਾਲਵਾ ਏਰੀਆ ਮਾਝਾ ਤੇ ਮਾਲਵਾ ਇੱਕ ਮੱਲ ਮਾਝੇ ਦਾ ਤੇ ਦੂਜਾ ਮਾਲਵੇ ਦਾ ਐਨ ਪੇਚੇ ਪੈ ਗਏ ਨਾਲ ਬਗਾਨੇ ਪਤਾ ਲੱਗੂ ਵਿੱਚ ਮੈਦਾਨੇ ਅੱਜ ਖੁਰਾਕਾਂ ਖਾਧੀਆਂ ਦੇ ਮੋਨੂ ਅੱਜ ਜਿਨ੍ਹਾਂ ਨੇ ਖੁਰਾਕਾਂ ਖਾਧੀਆਂ ਪਤਾ ਉਹਨਾਂ ਦਾ ਲੱਗਣਾ ਦੋਨੇ ਹੀ ਮੱਲ ਵੱਡੇ ਆ ਵਾਜੀ ਰੰਧਾਵਾ ਜੀ ਵਾਕਈ ਅੱਜ ਅਜੇ ਜੀ ਪੂਰਾ ਪਿੰਡ ਵਧਾਈ ਦਾ ਪਾਤਰ ਮੈਂ ਬਾਰ ਬਾਰ ਕਿਉਂਕਿ ਮੈਂ ਪਹਿਲੀ ਵਾਰ ਹੈ ਮੇਰਾ ਪਿੰਡ ਹੀ ਆਪਣਾ ਮੇਰਾ ਪਿੰਡ ਹੈ ਪਰ ਇਸ ਇਲਾਕੇ 'ਚ ਮੇਰੇ ਭਰਾਵਾਂ ਨੇ ਪਿਆਰ ਕੀਤਾ ਮੈਨੂੰ ਬੁਲਾਇਆ ਸਾਡੇ ਰਵੀ ਜੀ ਖਾਸ ਤੌਰ ਵਾਲੇ ਮੇਰਾ ਵੱਡਾ ਮਾਣ ਕਰਦੇ ਹੈ ਇਹ ਪੂਰੇ ਪਿੰਡ ਵਾਲੇ ਮੇਰਾ ਆਪਣਾ ਹੀ ਪਿੰਡ ਹੈ ਕਿਉਂਕਿ 2-3 ਮਹੀਨੇ ਤੱਕ ਮੈਂ ਬੋਟ ਵੀ ਬੁੱਢੇਬੜ ਦੀ ਬਣਾ ਲੈਣੀ ਹੈ ਜ਼ਮੀਨ ਤਾਂ ਮੇਰੀ ਇੱਥੇ ਹੈਗੀ ਬੋਟ ਵੀ ਮੇਰੀ ਇੱਧਰ ਦੀ ਹੋਣੀ ਹੈ ਬਾਈ ਅਗਲੀ ਵਾਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਬੁਲਾਓ ਬੰਦੇ ਨੂੰ ਅਸੀਂ ਪਿੰਡੋਂ ਉੱਠ ਕੇ ਤੁਹਾਡੇ ਅਖਾੜੇ 'ਚ ਆ ਜਾਣਾ ਹੈ ਵੱਡਾ ਮਾਣ ਕੀਤਾ ਹੈ ਲੱਖ ਲੱਖ ਮੁਬਾਰਕਬਾਦ ਇੱਧਰ ਸਾਡਾ ਨੌਜਵਾਨ ਵਾਹ ਪੂਰੀ ਬੱਲੇ ਬੱਲੇ ਮੈਦਾਨ ਦੇ ਵਿੱਚ ਕਿ ਬੜੀ ਔਖੀ ਹੈ ਭਲਵਾਨੀ ਮਾਸਟਰ ਜੀ ਗੱਲਾਂ ਕਰਨੀਆਂ ਸੌਖੀਆਂ ਪਰ ਭਲਵਾਨੀ ਕਰਨੀ ਬੜੀ ਔਖੀ ਹੈ ਟੋਲੀ ਕਿ ਜਦੋਂ ਮੰਦਿਰਾਂ ਦੇ ਵਿੱਚ ਵਾਹ ਵਾਹ ਨਹੀਂ ਰਿਸਾ ਉੱਧਰ ਨੌਜਵਾਨ ਹੱਟ ਪਿੱਛੇ ਪੂਰੀ ਬੱਲੇ ਬੱਲੇ ਹੈ ਕਿ ਜਦੋਂ ਮੰਦਿਰਾਂ ਦੇ ਵਿੱਚ ਰੱਬ ਦੀ ਗੱਲ ਹੁੰਦੀ ਹੈ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਰੱਬ ਦੀ ਗੱਲ ਹੁੰਦੀ ਹੈ
ਜਦੋਂ ਮਸਜਿਦ ਦੇ ਵਿੱਚ ਰੱਬ ਦੀ ਗੱਲ ਹੁੰਦੀ ਹੈ ਨਾ ਉਸ ਵੇਲੇ ਮਿਹਨਤਾਂ ਲਾਉਂਦੇ ਨੇ ਪਹਿਲਵਾਨ ਤੜਕੇ ਉੱਠਣਾ ਪੈਂਦਾ ਹੈ ਕਿ ਜਿਵੇਂ ਰਹਿੰਦੇ ਜੋਗੀ ਸੰਨਿਆਸੀ ਰਹਿਣਾ ਪੈਂਦਾ ਇੰਜ ਉਹ ਜਿਸ ਪਿੰਡ ਵਿੱਚ ਮਲ ਘੁਲਦੇ ਉਹਨੂੰ ਕਹਿੰਦੇ ਸਿੰਜ ਢੋਲੀਆ ਲਾ ਡਗਾ ਖਿੱਚ ਕੇ ਬਜਾ ਕਿਉਂਕਿ ਕੁਸ਼ਤੀ ਬੜੀ ਪਿਆਰੀ ਹੈ ਬਈ ਬੜੀ ਪਿਆਰੀ ਹੈ ਉਧਰਲੇ ਪਾਸੇ ਨੌਜਵਾਨਾਂ ਦੀਆਂ ਗੱਲਾਂ ਰੂਪਲ ਖੰਨੇ ਦੀਆਂ ਗੱਲਾਂ ਰੰਧਾਵਾ ਮਾਈਕ ਤੋਂ ਰੰਧਾਵਾ ਜੀ ਲਓ ਕਹਾਲੀ ਬੜਾ ਸਾਬਾ ਮੈਂ ਪਹਿਲੇ ਵੀ ਕਿਹਾ ਨਾ ਕਿ ਪੱਟਾਂ ਦੇ ਨਾਲ ਪੱਟ ਨਹੀਂ ਖੈਂਦੇ ਟੌਲਿਆਂ ਨੂੰ ਯਾਰ ਹੱਥ ਨਹੀਂ ਪੈਂਦੇ ਕਿਹੜੇ ਪਿੰਡ ਦਾ ਭਲਵਾਨ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਜਦ ਗਜ ਗਜ ਚੌੜੀਆਂ ਛਾਤੀਆਂ ਵਾਲੇ ਵਿੱਚ ਖਾੜਿਆਂ ਬੁੱਕਦੇ ਆ ਇਹ ਕੁਹਾਲੀ ਵਾਲਾ ਆ ਸਾਬਾ ਨੀਲੀ ਕੈਂਚ ਵਿੱਚ ਤੇ ਸਾਹਮਣੇ ਵੀ ਕੌਣ ਖੰਨੇ ਵਾਲਾ ਰੂਪਲ ਜੇ ਜਲੰਧਰ ਵੱਲ ਦੀ ਜਾਈਏ ਤੇ ਤਿੰਨ ਟੋਲ ਪਲਾਜੇ ਕਟਾ ਕੇ ਆਇਆ ਮੁੰਡਾ ਤਿੰਨ ਟੋਲ ਪਲਾਜੇ ਕਟਾ ਕੇ ਲਓ ਬਈ ਬੁੱਢਾਬੜ ਦਾ ਛਿੰਜ ਮੇਲਾ ਇਹਦਾ ਦੱਸਣ ਦੀ ਲੋੜ ਹੀ ਨਹੀਂ ਦੁਨੀਆ ਜਾਣਦੀ ਆ ਬਈ ਸਾਰੀ ਸੰਗਤ ਬਈ ਦੇਖੋ ਆਹ ਜਿਹੜੀ ਕੁਸ਼ਤੀ ਸਿਰੇ ਦੀ 1,00,000 ਤੇ 1,000 1,000 ਉੱਤੋਂ ਲਾਤਾ 1,02,000 ਦੀ ਕੁਸ਼ਤੀ ਜਿੱਥੇ ਰਿਕਾਰਡ ਟੁੱਟ ਗਏ ਸੰਗਤ ਦੇ ਇੱਕ ਹੋਰ ਕਿਹੜੀ ਗੱਲ ਆ ਮਾਣ ਵਾਲੀ ਸੋ ਮੇਰੇ ਵੀਰੋ www.malwatv.com ਤੇ ਪੂਰੀ ਦੁਨੀਆ 'ਚ ਅੱਜ ਬੁੱਢਾਬੜ ਦਾ ਦੰਗਲ ਜਿਹੜਾ ਸੋ ਸ਼੍ਰੀ ਸਰੂਪ USA ਵਾਲੇ ਉਹਨਾਂ ਦੇ ਸਹਿਯੋਗ ਦੇ ਨਾਲ ਸੋ ਇੰਟਰਨੈਸ਼ਨਲ ਭਲਵਾਨ ਸੋ ਉਹਨਾਂ ਦੇ ਜਿਹੜਾ ਉਹਨੇ ਸਾਰਾ ਖਰਚਾ ਕੀਤਾ ਤੇ ਦੱਸਿਆ ਮੇਰੇ ਵੀਰੋ ਕਿ ਬੁੱਢਾਬੜ ਦਾ ਦੰਗਲ ਉਸ ਲੈਵਲ ਦਾ ਕਿ ਦੁਨੀਆ ਨੂੰ ਦਿਖਾਈਏ ਬਾਈ ਧੰਨਵਾਦ ਆ ਸੋ ਇੰਟਰਨੈਸ਼ਨਲ ਭਲਵਾਨ ਸਰੂਪ ਜੀ ਹੁਣਾਂ ਦਾ ਤੇ ਕੁਸ਼ਤੀ ਸਿਰੇ ਦੀ ਇਹੋ ਜਿਹੀਆਂ ਕੁਸ਼ਤੀਆਂ ਦੁਨੀਆ ਬੜੀ ਦੂਰੋਂ ਦੂਰੋਂ ਜੇ ਕੁਹਾਲੀ ਖੜੇ ਦੀ ਗੱਲ ਕਰੀਏ ਸਾਬੇ ਦੀ ਕੁਹਾਲੀ ਦੀ ਗੱਲ ਤੇ ਬੱਗਾ ਵੀ ਮੱਲਾ ਮਾਰਦਾ ਪ੍ਰਿੰਸ ਦੀ ਗੱਲ ਸੋ ਕਾਕੇ ਦੀ ਗੱਲ ਉਸਤਾਦ ਪਦਾਰਥ ਭਲਵਾਨ ਹੋਣਾ ਦੀ ਗੱਲ ਰੁਸਤਮੇ ਹਿੰਦ ਬਈ ਬਈ ਦੱਸਿਆ ਨਾ ਗਿਆ ਕਿ 150-200 ਜਿਹੜਾ ਉਹ ਭਲਵਾਨ ਉੱਥੇ ਉਹ ਕੁਹਾਲੀ ਖਾੜੇ ਵਿੱਚ ਰਹਿੰਦਾ ਵੀ ਤੇ ਮਿਹਨਤ ਵੀ ਕਰਦਾ ਕਿੱਥੋਂ ਮਹਾਰਾਸ਼ਟਰ ਤੱਕ ਨਾ ਗੂੰਜਦੇ ਭਲਵਾਨਾਂ ਦੇ ਤੇ ਨਾਲ ਖੰਨੇ ਵਾਲਾ ਰੂਪਲ ਖੰਨਾ ਵਾਹ ਟੋਲੀ ਬਈ ਦਰਸ਼ਕੋ ਜੇ ਤੁਹਾਨੂੰ ਅਖਾੜੇ ਦਾ ਡਿਸਿਪਲਿਨ ਵਧੀਆ ਲੱਗਿਆ ਦੇਖੋ ਇਹ ਨੌਜਵਾਨਾਂ ਨੇ ਮਿਹਨਤ ਬੜੀ ਕੀਤੀ ਹੈ ਸੱਚੇ ਦਿਲੋਂ ਜੇ ਅਖਾੜੇ ਦਾ ਡਿਸਿਪਲਿਨ ਵਧੀਆ ਲੱਗਿਆ ਆਨੰਦ ਆਇਆ ਤਾੜੀ ਸਾਰੇ ਲਾਓ ਜ਼ੋਰ ਨਾਲ ਜੇ ਵਧੀਆ ਲੱਗਿਆ ਤਾਂ ਕਿਉਂਕਿ ਇਹ ਬੁੱਢਾਬੜ ਦਾ ਨਗਰ ਹੈ ਵੱਡੇ ਇੰਤਜ਼ਾਮ ਕੀਤੇ ਵੱਡੇ ਭਲਵਾਨ ਬੁਲਾਏ ਹੈ ਕਿ ਸਾਹਾਂ ਤੋਂ ਪਿਆਰੀ ਜ਼ਿੰਦਗੀ ਜ਼ਿੰਦਗੀ ਤੋਂ ਪਿਆਰੇ ਸਾਹ ਹੁੰਦੇ ਨੇ ਭਾਜੀ ਕਿ ਸਾਹਾਂ ਤੋਂ ਪਿਆਰੀ ਜ਼ਿੰਦਗੀ ਜ਼ਿੰਦਗੀ ਤੋਂ ਪਿਆਰੇ ਚਾਹ ਹੁੰਦੇ ਨੇ ਏਡੇ ਵੱਡੇ ਭਲਵਾਨ ਐਵੇਂ ਨਹੀਂ ਹੁੰਦੇ ਆਉਂਦੇ ਤਾਂ ਪੈਸਿਆਂ ਨਾਲ ਬੁਲਾ ਹੁੰਦੇ ਨੇ ਵਿਜੇ ਜੀ ਅਜੇ ਕੁਮਾਰ ਜੀ ਵੱਡਾ ਮਾਣ ਹੈ ਕਿ ਜਾਂ ਤਾਂ ਦੁਨੀਆ ਚੰਗੇ ਇਨਸਾਨਾਂ ਨੂੰ ਯਾਦ ਕਰਦੀ ਹੈ ਜਾਂ ਚੰਗੇ ਭਲਵਾਨਾਂ ਨੂੰ ਕਿਉਂਕਿ ਸ਼ਾਮਾਂ ਦਾ ਟਾਈਮ ਹੋ ਗਿਆ ਕਈਆਂ ਨੂੰ ਕੀਟਾਣੂ ਵੀ ਲੜਨ ਲੱਗ ਪਏ ਹੋਣੇ ਵੀ ਕਿਹੜੇ ਵੇਲੇ ਸਿੰਜ ਮੁੱਕੇ ਦਾ ਪੈਗ ਲਾ ਲਈਏ ਢੋਲੀ ਕਹਿੰਦਾ ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ ਕਿ ਅੱਜ ਮਿਲਣਾ ਹੈ ਰੋਜ਼ ਰੋਜ਼ ਸਮਝਾਉਣਾ ਨਹੀਂ ਪੈਂਦਾ ਕਿ ਇਹਨੂੰ ਤੱਕ ਕੇ ਰੂਹ ਸ਼ਾਮ ਨੂੰ ਖਿਲਤਾ ਜਾਂਦੀ ਹੈ ਅਜੇ ਜੀ ਇਹਨੂੰ ਤੱਕ ਕੇ ਰੂਹ ਸ਼ਾਮ ਨੂੰ ਖਿਲਤਾ ਜਾਂਦੀ ਹੈ ਤੇਰੇ ਨਾਲੋਂ ਦਾਰੂ ਚੰਗੀ ਰੋਜ਼ ਜਿਹੜੀ ਮਿਲਦਾ ਜਾਂਦੀ ਹੈ ਤਾੜੀ ਲਾ ਦਿਓ ਵਾਹ ਭਲਵਾਨੀ ਦੀ ਗੱਲ ਜੱਦੀ ਜਵਾਨੀ ਦੀ ਗੱਲ ਵਾਹ ਵਾਹ ਕੁਸ਼ਤੀ ਬੜੀ ਪਿਆਰੀ ਹੈ ਪਰ ਇੱਕ ਗੱਲ ਦੱਸ ਦਵਾਂ ਦਾਰੂ ਪੀ ਕੇ ਭਲਵਾਨੀ ਨਹੀਂ ਹੋ ਸਕਦੀ ਤਾੜੀ ਖੁੱਲ ਕੇ ਮਾਰ ਦਿਓ ਵਾਹ ਜੀ ਵਾਹ ਮਾਰ ਦਿਓ ਤਾੜੀ ਆਹ ਜਿਹੜੀ ਭਲਵਾਨੀ ਹੈ ਨਾ ਇਹਲੇ ਪਟਾਮਾਂ ਦੀਆਂ ਬੋਰੀਆਂ ਦੀਆਂ ਬੋਰੀਆਂ ਖੜੀਆਂ ਪੈਂਦੀਆਂ ਵਾਹ ਜੀ ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਐਨ ਰਗੜ ਕੇ ਨਾ ਬਦਾਮ ਘੋਟ ਕੇ ਸੋ ਐਨ ਮੇਰੇ ਵੀਰੇ ਘੋਟਾ ਬਣਾ ਕੇ ਇਹ ਬਾਲਟੀਆਂ ਦੀਆਂ ਬਾਲਟੀਆਂ ਪੀਣੀਆਂ ਪੈਂਦੀਆਂ ਇਹ ਭਲਵਾਨਾਂ ਦੀ ਖੁਰਾਕ ਆ ਖੰਨੇ ਵਾਲਾ ਰੂਪਲ ਉਹ ਦੇਖ ਲਓ 6 ਫੁੱਟ ਤੇ 3 ਇੰਚ ਕੱਦ ਆ ਮੁੰਡੇ ਦਾ ਖੰਨੇ ਵਾਲੇ ਦਾ ਸੋ ਜਿੱਥੋਂ ਦਾ ਸੁੱਖੇ ਬਾਉਂਸਰ ਦਾ ਬਾਈ ਐਨ ਬਾਉਂਸਰਾ ਚ ਆਇਆ ਖੰਨਾ ਏਰੀਆ ਮਾਲਵਾ ਏਰੀਆ ਤੇ ਨਾਲ ਕੁਹਾਲੀ ਵਾਲਾ ਸਾਬਾ ਬਈ ਸਿਰੇ ਦੀ ਕੁਸ਼ਤੀ ਦੇ ਬੁੱਢਾਬੜ ਵਾਲਿਆਂ ਨੇ ਰਿਕਾਰਡ ਆ ਕਿ 1,01,000 ਦੀ ਝੰਡੀ ਰੱਖੀ ਆ 1,01,000 ਦੀ ਝੰਡੀ ਬਾਈ ਸਿਰੇ ਦੀ ਝੰਡੀ ਜਿਹੜੀ ਆ ਇਸ ਵੇਲੇ ਚੱਲ ਰਹੀ ਆ ਉਧਰ ਮਾਲਵਾ ਟੀਵੀ ਤੇ ਦੁਨੀਆ ਬਾਈ ਜੁੜੀ ਪਈ ਆ ਪੂਰੀ ਜਿਹੜੀ ਆ ਉਹ ਜੁੜੀ ਪਈ ਆ ਚਰਚੇ ਆ ਪੂਰੇ ਸਾਬੇ ਦੇ ਚਰਚੇ ਨੇ ਪੂਰੇ ਨਾਲ ਕਾਇਮ ਸਰਦਾਰੀ ਆ ਜਿਹਨਾਂ ਨਾਲ ਯਾਰੀ ਉਹ
ਸਿਰੇ ਦੇ ਸ਼ਿਕਾਰੀ ਆ, ਸਿਰੇ ਦੇ ਸ਼ਿਕਾਰੀ ਆ। ਲਓ ਮਾਝੇ ਏਰੀਏ ਦਾ ਮੱਲ, ਮਾਝੇ ਏਰੀਏ ਦਾ ਮੱਲ। ਸੋ ਰਾਣੇ ਵੱਜਦੀਆਂ ਗੱਲਾਂ ਹੋਈਆਂ ਨਾ ਮੈਦਾਨਾਂ ਦੇ ਵਿੱਚ, ਸੋ ਐਨ ਕਹਿੰਦੇ ਸ਼ਿਕਾਰ ਵਾਲੇ ਬਲਕਾਰ ਹੋਣਾਂ ਦੀਆਂ ਗੱਲਾਂ। ਅੱਜ ਜਿਹੜੇ ਆਪਣੇ ਸਮੇਂ 'ਚ ਨਾਂ ਬਣਾ ਗਏ, ਮਿਹਰਦੀਨ ਵਰਗੇ, ਤਾਰਾ ਸਿੰਘ ਵਰਗੇ, ਸੋ ਮੇਰੇ ਵੀਰੋ ਜਿਹੜੇ ਨਾਂ ਬਣਾ ਗਏ ਟੋਲੀ ਕਈ ਟੋਲੀ ਟੋਲੀ ਇੱਕ ਮਿੰਟ ਬਈ ਇੱਧਰ ਕੁਸ਼ਤੀ ਨੌਜਵਾਨੋ ਲਾਓ ਕੋਈ ਤਾਂ ਪੇਸ਼ ਕਰੋ ਫੈਸਲਾ ਕਿ ਮਿੰਟਾਂ ਸਕਿੰਟਾਂ ਦੀ ਖੇਡ ਹੈ ਕੁਸ਼ਤੀ। ਵਾਹ ਲਾਓ ਕੋਈ ਦਾ, ਇੱਕ ਪੱਖੇ ਰੂਪਲ ਖੰਨਾ, ਦੂਜੇ ਪੱਖੇ ਸ਼ਾਬਾ ਕੁਹਾੜੀ। ਵਾਹ ਵਾਹ ਲਓ ਜੇ ਰੰਧਾਵਾ ਜੀ ਜੇ ਇਹੋ ਜਿਹੇ ਮੱਲ ਕਿਤੇ ਕਰਨੇ ਹੋਣ ਤਾਂ ਅੱਡੀਆਂ ਘੱਜ ਜਾਂਦੀਆਂ ਕਰਨ ਵਾਲਿਆਂ ਦੀਆਂ, ਕਿਉਂਕਿ ਭਲਵਾਨ ਹੈ ਇਹ, ਹਿੰਦੁਸਤਾਨ ਦੀ ਕਰੀਮ ਹੈ ਇਹ, ਕੋਈ ਛੋਟੇ ਮੋਟੇ ਭਲਵਾਨ ਨਹੀਂ, ਪੂਰੇ ਵਰਲਡ 'ਚ ਨਾਮ ਕਮਾਇਆ ਕਿ ਨਾ ਰੂਪਲ ਘੱਟ ਹੈ ਨਾ ਸ਼ਾਬਾ ਕੁਹਾੜੀ ਘੱਟ ਹੈ। ਕਿ ਫਿਕਰ ਉਹਨਾਂ ਮਾਵਾਂ ਨੂੰ ਹੁੰਦੇ ਜਿਨ੍ਹਾਂ ਦੇ ਪੁੱਤ ਦਲੇਰ ਹੁੰਦੇ, ਕੌਣ ਪੁੱਛਦਾ ਕਿੱਦੜਾ ਕਾਵਾਂ ਨੂੰ ਬੰਦ ਪਿੰਜਰੇ ਦੇ ਵਿੱਚ ਸ਼ੇਰ ਹੁੰਦੇ, ਭੇਡਾਂ ਬੱਕਰੀਆਂ ਦਾ ਕਿਆ ਦੇਖਣਾ, ਦੇਖਣ ਵਾਲੇ ਤਾਂ ਸਾਨਾਂ ਦੇ ਭੇੜ ਹੁੰਦੇ। ਇੱਕ ਪੱਖੇ ਰੂਪਲ ਹੈ ਦੂਜੇ ਪੱਖੇ ਨੌਜਵਾਨ ਸਾਬਾ ਕੁਹਾੜੀ। ਕਿ ਵਾਹ ਉਹ ਸ਼ੇਰ ਜਵਾਨਾ ਖੇਡੀ ਜਾ ਵਿੱਚ ਮੈਦਾਨਾ, ਕੁਸ਼ਤੀ ਤਾਂ ਉਹੀ ਜਿੱਤਣਗੇ ਜਿਨ੍ਹਾਂ ਦੇ ਡੋਲਿਆ ਪੱਟਾਂ ਵਿੱਚ ਜਾਨਾ। ਭਲਵਾਨੀ ਦੀ ਗੱਲ ਹੈ ਬੁੱਢੇਬਾਦ ਦੀ ਧਰਤੀ ਤੇ, ਬੁੱਢੇਬਾਦ ਦੀ ਧਰਤੀ ਤੇ। ਵਾਹ ਨਹਿਰੀਸਾਂ ਨਹਿਰੀਸਾਂ ਵਾਹ, ਇੱਕ ਪੱਖੇ ਰੂਪਲ ਦੂਜੇ ਪੱਖੇ ਸ਼ਾਬਾ ਕੁਹਾਲੀ। ਮਾਈਕ ਟੂ ਰੰਧਾਵਾ। ਲਓ ਟੋਲੀ ਵੀਰੇ ਇੱਕ ਮਿੰਟ ਬੰਦ ਕਰੀ ਟੋਲੀ ਟੋਲੀ ਇੱਕ ਮਿੰਟ। 1,01,000 ਦੀ ਰੁਮਾਲੀ ਆ ਤੇ 2,000 ਟੋਨੀ ਵੱਲੋਂ 1,03,000 ਦੀ ਰੁਮਾਲੀ ਤਾੜੀ ਖਲਕੇ ਮਾਰਦਾ। ਵਾਹ ਆਰ ਬਾਰ ਦਾ ਫੈਸਲਾ ਹੋਊਗਾ ਤਾਂ ਆ, ਆਰ ਬਾਰ ਦਾ ਫੈਸਲਾ ਜਿਹੜਾ ਜਿੱਤੂ ਉਹਨੂੰ 2,000। ਟੋਲੀ ਟੋਲੀ ਵੀਰ ਬੇ ਦਰਸ਼ਕੋ, ਕੁਸ਼ਤੀ ਆਰ ਪਾਰ ਲੈਣੀ ਤਾਂ ਤਾੜੀ ਮਾਰੋ, ਜੇ ਆਰ ਪਾਰ ਚਾਹੀਦੀ ਕੁਸ਼ਤੀ ਤਾਂ, ਕਿਉਂਕਿ ਤਾੜੀ ਭਲਵਾਨਾਂ ਲਈ ਘਿਓ ਵਾਲਾ ਕੰਮ ਕਰਦੀ ਹੈ। ਇਹ ਬੁੱਢੇਬਾਦ ਦੀ ਧਰਤੀ ਹੈ ਕਿ ਨਾ ਵੱਲ ਹੁੰਦੇ ਨੇ ਨਾ ਛੱਲ ਹੁੰਦੇ ਨੇ। ਅਜੇ ਕੁਮਾਰ ਜੀ ਨਾ ਵੱਲ ਹੁੰਦੇ ਨੇ ਨਾ ਛੱਲ ਹੁੰਦੇ ਨੇ, ਬੁੱਢੇਬਾਦ ਦੇ ਫੈਸਲੇ ਅਟਲ ਹੁੰਦੇ ਨੇ ਬਈ, ਅਟਲ ਹੁੰਦੇ ਨੇ। ਉੱਧਰਲੇ ਪੱਖੇ ਸ਼ਾਬਾ ਕੁਹਾੜੀ ਬਈ, ਇੱਕ ਵਾਰੀ ਲੱਖਦਾਤਾ ਪੀਰ ਦੇ ਨਾਂ ਤੇ ਤਾੜੀ ਲਾਓ, ਸਾਰੇ ਸਾਰੇ ਤਾੜੀ ਲਾਓ, ਸਾਰੇ ਤਾੜੀ ਲਾਓ। ਟੋਲੀ ਵੀ ਰਿਕਮੈਂਡ, ਟੋਲੀ ਵੀ ਰਿਕਮੈਂਡ ਬਈ। ਹੁਣ ਉਹ ਲਲਕਾਰਾ ਮਾਰੂਗੇ ਜਿਹੜੇ ਚਾਹੁੰਦੇ ਆ ਕੁਹਾਲੀ ਵਾਲਾ ਸਾਬਾ ਜਿੱਤੇ, ਲਲਕਾਰਾ ਜ਼ੋਰਦਾਰ ਮਾਰ ਦਿਓ। ਤੇ ਹੁਣ ਉਹ ਲਲਕਾਰਾ ਮਾਰੂਗੇ ਜਿਹੜੇ ਕਹਿੰਦੇ ਖੰਨੇ ਵਾਲਾ ਰੂਪਲ ਜਿੱਤੇ, ਮਾਰ ਦਿਓ ਲਲਕਾਰਾ। ਦੱਸ ਦਿੱਤਾ ਦੁਨੀਆਂ ਨੇ ਮਾਲਵਾ ਵਾਲਿਆ, ਦੱਸ ਦਿੱਤਾ ਦੁਨੀਆਂ ਨੇ ਬਈ ਕਿਹਨੂੰ ਪਿਆਰ ਕਰਦੀ ਪਰ ਮੱਲ ਸਿਰੇ ਦੇ ਆ ਕੁਹਾਲੀ ਵਾਲਾ ਬੱਬਰ ਸ਼ੇਰ ਆ। ਤੇ ਨਾਲ ਕਹਿੰਦੇ ਸਾਹਮਣੇ ਵੀ ਸ਼ੇਰ, ਬੱਬਰ ਸ਼ੇਰਾਂ ਦੀ ਟੱਕਰ ਆ ਅੱਜ। ਜੇ ਹਿੱਕ ਵਿੱਚ ਜ਼ੋਰ ਹੋਵੇ ਲੋਕੀ ਤਾਂ ਪੁੱਛਦੇ ਸਰਨਾਮਾ, ਭਲਵਾਨ ਜਾਗੇ ਉੱਤੇ ਬਿਰਲੇ ਪੁੱਤ ਜੰਮਦੀਆਂ ਮਾਮਾ। ਆ ਕੁਹਾਲੀ ਵਾਲੇ ਦਾ ਡੌਲਾ ਦੇਖੋ, ਡੌਲਾ ਕਹਿ ਸਕਦੇ ਆ, ਡੌਲਾ ਦੇਖ ਕੇ ਕਿ ਸੇਮ ਸਹਿਜਾ ਵੇ ਮਿੱਤਰੋ, ਬੱਚੇ ਦੇ ਲੱਕ ਤੇ ਭਲਵਾਨ ਦੇ ਡੌਲੇ ਦਾ ਸੇਮ ਸਹਿਜਾ ਵੇ ਮਿੱਤਰੋ। ਬਈ ਜਿਮੀ ਕਾਰਦਰ ਤੇ ਵਿਕਰਮ ਠਾਕੁਰ ਦੁਆਰਾ ਉਹਨਾਂ ਦੇ ਦੋਸਤ ਟੋਨੀ ਜੀ ਵੱਡਾ ਮਾਣ ਕਰ ਰਹੇ ਹੈ, ਵੱਡਾ ਮਾਣ ਕਰਦੇ ਨੇ ਕਮੈਂਟਰੀ ਦਾ। ਇੱਧਰਲੇ ਪੱਖੇ ਭਲਵਾਨੀ ਦੀ ਗੱਲ, ਚੜ੍ਹਦੀ ਜਵਾਨੀ ਦੀ ਗੱਲ, ਕਿ ਪੱਟਾਂ ਵਿੱਚ ਜ਼ੋਰ ਹੋਵੇ, ਪੱਟਾਂ ਵਿੱਚ ਜ਼ੋਰ ਹੋਵੇ, ਡੋਲਿਆਂ ਤੇ ਮਾਣ ਹੋਵੇ, ਲੋਕੀ ਤਾਂ ਪੁੱਛਦੇ ਸਰਨਾਮਾ ਕਿ ਪਰਮਿੰਦਰ ਦੁੰਬਖੇੜੀ ਵਰਗੇ ਬਿਰਲੇ ਪੁੱਤ ਜੰਮਦੀਆਂ ਮਾਮਾ। ਕਿ ਗੱਲਾਂ ਕਰਨੀਆਂ ਸੌਖੀਆਂ, ਭਲਵਾਨੀ ਕਰਨੀ ਬੜੀ ਔਖੀ ਹੈ। ਕਮਾਲ ਹੋਈ ਪਈ ਹੈ। ਵਾਹ ਜੀ, ਪੋਨਾ ਆਰਮੀ ਵਾਲੇ ਫੌਜੀ ਸਾਹਿਬ, ਪੋਨਾ ਆਰਮੀ ਵਾਲੇ 500 ਰੁਪਇਆ ਦੰਗਲ ਕਮੇਟੀ ਦੇ ਲਈ ਸਿੰਜਾ ਮੇਲੇ 'ਚ ਦਾਨ ਦਿੱਤਿਆ, ਕਦੇ ਘਾਟਾ ਨਹੀਂ ਪੈਂਦਾ। ਉਹ ਮਾਲਕ ਬੜਾ ਬੇਅੰਤ ਹੈ, ਉਹ ਦਾਤਾ ਬੜਾ ਬੇਅੰਤ ਹੈ। ਵਾਹ ਪੋਨਾ ਜੀ ਆਰਮੀ ਵਾਲੇ ਬਈ, ਅਗਲੇ ਸਾਲ ਨੂੰ ਬੁੱਢੇਬਾੜ ਵਾਲੇ ਕਹਿੰਦੇ ਹੈ ਕਿ ਇਹ ਸਿੰਜ ਵੀ ਵਧੇ ਵਧੇਗੀ, ਔਰ ਸਾਡੇ ਦਾਨੀ ਵੀਰ ਵੀ ਕਹਿੰਦੇ ਆ ਕਿ ਵੱਧ ਤੋਂ ਵੱਧ ਦਾਨ ਦੇਵਾਂਗੇ। ਬਈ ਇੱਕ ਵਾਰੀ ਪਿੰਡ ਵਾਲਿਆਂ ਦੇ ਨਾਂ ਤੇ ਤਾੜੀ ਬਣਦੀ ਹੈ ਬਈ, ਬਣਦੀ ਹੈ ਤਾੜੀ, ਬਣਦੀ ਹੈ ਤਾੜੀ। ਬੱਲੇ ਬੱਲੇ ਹੋਈ ਬਈਆ, ਬੱਲੇ ਬੱਲੇ।
ਇੱਕ ਟਾਈਮ ਹੁੰਦਾ ਸੀ ਜਦੋਂ ਦੋ ਭਰਾ ਲੜਦੇ ਹੁੰਦੇ ਸੀ, ਤੀਜਾ ਕਹਿੰਦਾ ਹੁੰਦੀ ਛੱਡੋ ਲੜੋ ਨਾ, ਛੱਡ ਦੋ ਲੜਾਈ। ਹੁਣ ਕੀ ਕਰਦੇ, ਜੇ ਦੋ ਭਰਾ ਲੜਦੇ ਤੀਜਾ ਮੋਬਾਈਲ 'ਚ ਵੀਡੀਓ ਬਣਾਉਂਦਾ, ਵੀਡੀਓ ਨਾਲ ਹੀ ਫੇਸਬੁੱਕ 'ਤੇ ਨਾਲ ਹੀ ਯੂਟਿਊਬ 'ਤੇ। ਸਮੇਂ ਬਦਲ ਗਏ, ਸਮੇਂ ਬਦਲ ਗਏ, ਭਲਵਾਨੀ ਦੇਖ ਲਓ ਸਿਰੇ ਦੀ ਬਦਲ ਗਈ। ਐਨ ਕਹਿੰਦੇ ਅਖਾੜਿਆਂ 'ਚ ਇੱਕ ਸਮਾਂ ਜਦੋਂ ਮਿੱਟੀ 6-6 ਕਿਲੋ ਭਲਵਾਨ ਇੱਕ ਦੂਜੇ 'ਤੇ ਚਾੜ ਦਿੰਦੇ ਹੁੰਦੇ ਸੀਗੇ, ਦੇਸੀ ਖੁਰਾਕਾਂ, ਦੇਸੀ ਮਿਹਨਤ, ਛਪਾਟੇ ਡੰਡ। ਹੁਣ ਤਾਂ ਜਿਮ ਵਿੱਚ ਜਾ ਕੇ ਵੱਖਰੀਆਂ ਮਸ਼ੀਨਾਂ, ਵੱਖਰੇ ਹੀ ਸਮੇਂ, ਵੱਖਰੇ ਹੀ ਲੋਕ, ਵੱਖਰੀ ਜਿਹੜੀ ਆ ਖੇਡ ਹੋ ਗਈ ਆ। ਪਰ ਭਲਵਾਨੀ ਉਹ ਆ ਜਦੋਂ ਭਗਵਾਨ ਕ੍ਰਿਸ਼ਨ ਨੇ ਅਸੁਰਾਂ ਦੇ ਟਾਈਮ ਤੋਂ ਜਿਹੜੀ ਆ ਉਹ ਕੁਸ਼ਤੀ ਸਟਾਰਟ ਕੀਤੀ ਆ, ਹਜ਼ਾਰਾਂ ਸਾਲ ਪਹਿਲੇ ਦੀ ਕੁਸ਼ਤੀ। ਅਤੇ ਅੱਜ 21ਵੀਂ ਸਦੀ ਆ ਬੁੱਢਾਬੜ ਦਾ ਖੇਡ ਮੇਲਾ, ਕੁਹਾੜੀ ਵਾਲਾ ਸਾਬਾ ਅਤੇ ਖੰਨੇ ਵਾਲਾ ਰੂਬਲ 1,01,000 ਦੀ ਝੰਡੀ ਦੇ 2,000 ਉੱਤੇ ਲੱਗ ਗਿਆ, 1,03,000 ਦੀ ਕੁਸ਼ਤੀ ਇਸ ਵੇਲੇ ਜਿਹੜੀ ਸਿਰੇ ਦੀ ਤੇ ਗੱਲ ਮੋਨੂ ਦੀ। ਭਾਜੀ ਤੁਸੀਂ ਗੱਲ ਕਰ ਰਹੇ ਸੀ ਕਿ ਭਰਾ ਅੱਜ ਕੱਲ੍ਹ ਭਰਾ ਦੀ ਵੀਡੀਓ ਬਣਾਉਂਦਾ, ਕਿਉਂਕਿ ਸਮਾਂ ਇਹ ਕਲਯੁੱਗ ਦਾ ਕਿ ਸਤਯੁੱਗ ਦੇ ਵਿੱਚ ਲੋਕ ਸੀ ਕਹਿੰਦੇ ਐਸਾ ਕਲਯੁੱਗ ਆਏਗਾ, ਪਿਓ ਦੇ ਗਲ ਵਿੱਚ ਪਾਟੀਆਂ ਲੀਰਾਂ ਟੈਲੀਕਾਟ ਪੁੱਤ ਪਾਏਗਾ, ਕਿ ਮਾਂ ਦਾ ਪੁੱਤਰ ਵੈਰੀ ਬਣ ਕੇ ਮਾਸ ਨੋਹਾਂ ਨਾਲੋਂ ਤੋੜੇਗਾ, ਤਿਲਾਂ ਦੇ ਵਾਂਗੂ ਪਿਓ ਆਪਣੇ ਦਾ ਪੁੱਤਰ ਖੂਨ ਨਚੋੜੇਗਾ, ਕਿ ਭਰਾ ਭਰਾ ਦਾ ਵੈਰੀ ਬਣ ਕੇ ਭਰਾ ਭਰਾ ਦਾ ਵੈਰੀ ਬਣ ਕੇ ਸਾਲੇ ਨੂੰ ਕੋਲ ਬਿਠਾਏਗਾ, ਸਾਲੇ ਨੂੰ ਕੋਲ ਬਿਠਾਏਗਾ। ਬਈ ਸਤਯੁਗ ਦੇ ਵਿੱਚ ਲੋਕ ਸੀ ਕਹਿੰਦੇ, ਉੱਧਰ ਕੁਸ਼ਤੀ ਦੀ ਗੱਲ, ਭਲਵਾਨੀ ਦੀ ਗੱਲ, ਛਾਬੇ ਕੁਹਾੜੀ ਦੀ ਗੱਲ, ਰੂਬਲ ਖੰਨੇ ਦੀ ਗੱਲ। ਮਾਸਟਰ ਜੀ ਆਨੰਦ ਆ ਗਿਆ, ਮਜ਼ਾ ਆ ਗਿਆ, ਕੁਸ਼ਤੀ ਦੇਖੋ, ਕਰੰਟ ਦੇਖੋ, ਜ਼ੋਰ ਦੇਖੋ, ਇਹ ਹੈ ਬੁੱਢੇਬੜ ਦੀ ਧਰਤੀ, ਇਹ ਹੈ ਬੁੱਢੇਬੜ ਦੀ ਧਰਤੀ। ਵਾਹ ਬਾਈ ਵਾਹ, ਕੁਹਾੜੀ ਵਾਲਾ ਸੁਨੀਲ ਟੈਲੀਕਾਮ ਤੇ ਅਨੂ ਠਾਕੁਰ ਜੀ, ਵੱਡਾ ਮਾਣ, ਵੱਡਾ ਸਨਮਾਨ, ਇਧਰਲੇ ਪੱਖੇ ਯੁੱਧ। ਰੰਧਾਵਾ ਜੀ ਬਾਕੀ ਤੁਸੀਂ ਵੀ ਅੱਜ ਬੱਲੇ ਬੱਲੇ ਕਰਵਾਈ ਹੈ, ਕਿਉਂਕਿ ਉਸ ਮਹਾਰਾਜ ਨੇ ਸਾਡੀ ਦੋਨਾਂ ਦੀ ਅੱਜ ਡਿਊਟੀ ਲਾਈ ਸੀ। ਪਹਿਲੀ ਵਾਰ ਮੇਲ ਹੋਣਾ ਸੀ ਸਾਡਾ, ਕਿ ਦੋ ਵੀਰ ਦਈ ਵੀਰ ਬਾ, ਇੱਕ ਮੁਨਸ਼ੀ ਤਾਂ ਇੱਕ ਪਟਵਾਰੀ, ਕਿਉਂਕਿ ਮੈਂ ਐਡਾ ਬੁਲਾਰਾ ਨਹੀਂ ਹਾਲੇ ਬਣਿਆ, ਥੋੜ੍ਹਾ ਬਹੁਤਾ ਬੋਲਦਾ ਬਾਈ। ਬਈ 3,000 ਰੁਪਇਆ ਲੱਗ ਗਿਆ ਕੁਸ਼ਤੀ ਤੇ, 3,000। ਬਈ USA ਵਾਲੇ ਮੇਰੇ ਵੀਰ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਆ, NRI ਵੀਰ, ਉਹਨਾਂ ਵੱਲੋਂ ਰੰਧਾਵਾ ਜੀ 3,000। ਬਾਈ ਇੱਧਰ ਕੁਸ਼ਤੀ ਕਰੰਟ ਵਾਲੀ, ਜਿਹੜਾ ਜਿੱਤੇਗਾ 3,000। ਬਾਈ ਭਲਵਾਨ ਜੀ ਤਾਂ ਭਿੱਜ ਲਓ, ਕਿ ਫੁਰਤੀ ਦੀ ਖੇਡ ਹੈ, ਚੁਸਤੀ ਦਾ ਕੰਮ, ਫੁਰਤੀ ਦਾ ਕੰਮ ਭਿੜਨਾ ਝੋਟੇ ਦਾ, ਕਿ ਜੀਦਾਰੀ ਦੀ ਕੁਸ਼ਤੀ ਪੱਕਾ ਸਾਥ ਲੰਗੋਟੇ ਦਾ। ਇੱਕ ਪੱਖੇ ਰੂਬਲ ਹੈ ਕਾਲੀ ਕੈਚ, ਦੂਜੇ ਪੱਖੇ ਰੂਬਲ ਹੈ ਲਾਲ ਕੈਚ, ਦੂਜੇ ਪੱਖੇ ਸ਼ਾਬਾ ਕੁਹਾੜੀ ਕਾਲੀ ਕੈਚ। ਵਾਹ ਨਹੀਂ ਰੀਸਾ, ਇੱਕੋ ਜਿਹਾ ਸਰੀਰ ਹੈ। ਅਗਲੀ ਟੋਲੀ, ਟੋਲੀ ਬਾਜੀ ਟੋਲੀ, ਤੁਸੀਂ 5 ਮਿੰਟ ਵਾਸਤੇ ਬਹਿ ਜਾਓ, ਕਿਉਂਕਿ ਟੋਲੀ ਵੀਰ 5 ਮਿੰਟ, ਕਿਉਂਕਿ ਮਾਲੀ ਦੀ ਕੁਸ਼ਤੀ ਹੈ, ਇਹ ਸੁਪਰ ਸਟਾਰ ਹੈ, ਛੋਟੇ ਮੋਟੇ ਭਲਵਾਨ ਨੇ ਦੁਨੀਆ ਜਾਣਦੀ ਹੈ, ਕਿ ਸਾਨੂੰ ਦੱਸਣੇ ਦੀ ਲੋੜ ਕੋਈ ਨਾ, ਸਾਡੇ ਸੋਹਣੇ ਆਰਕਾ ਨਹੀਂ। ਟੋਲ ਵੱਜ ਦਿਓ ਭਾਜੀ, ਟੋਲ ਹਲਕਾ ਹਲਕਾ ਵਜਾਓ, ਟੋਲ ਨਹੀਂ ਬੰਦ ਕਰਨਾ, ਕਿਉਂਕਿ ਲੱਖ ਦਾਤੇ ਦਾ, ਹੌਲੀ ਹੌਲੀ ਵਜਾਓ, ਟੋਲ ਨਹੀਂ ਬੰਦ ਕਰਨਾ ਆਪਾਂ। ਜੇ ਵੀਰ 3,000 ਉੱਤੇ ਲੱਗ ਗਿਆ, ਇਹਦਾ ਮਤਲਬ 1,04,000। ਬਈ 2,000 ਦੇ 51 ਨੋਟ, ਤਾੜੀ ਖੁੱਲ ਕੇ ਮਾਰ ਦੇ, ਮੋਦੀ ਦੀ ਨਵੀਂ ਕਰੰਸੀ ਵਾਲੇ ਨੋਟ, ਐਨ ਬੱਲੇ ਬੱਲੇ, ਕੁਹਾੜੀ ਵਾਲਾ ਸਾਬਾ ਤੇ ਖੰਨੇ ਵਾਲਾ ਰੂਬਲ ਆ। ਆਹ ਦੇਖ ਲਓ ਅੱਜ ਬੁੱਢਾਬੜ ਦਾ ਵੱਡਾ ਦੰਗਲ, ਬਾਈ 1,01,000 ਦੀ ਝੰਡੀ ਜਿਹੜੀ ਆ ਤੇ 3,000 ਉੱਤੋਂ ਲੱਗ ਗਿਆ। ਤੇ ਦੇਖ ਲਓ ਜੇ ਭਲਵਾਨ ਵੀ ਦੋਨੇ ਹੀ ਮੱਲ ਸਿਰੇ ਦੇ, ਇੱਕ ਪਾਸੇ DSP ਸਾਹਿਬ ਮੁਕੇਸ਼ ਜੀ ਪਹੁੰਚੇ ਹੋ ਤੇ ਦੂਜੇ ਪਾਸੇ ਪਦਾਰਥ ਭਲਵਾਨ ਸੋ ਰੁਸਤਮੇ ਹਿੰਦ ਪਹੁੰਚੇ ਹੋ ਆ ਆਪਣੇ ਮੱਲ ਲੈ ਕੇ। ਬਈ ਆ ਕੁਹਾਲੀ ਵਾਲੇ ਦੇ ਪੱਟ ਦੇਖ ਲਓ, ਪੱਟ ਸਰੀਰ ਦੇਖੋ, ਜਿੱਥੇ ਵੀ ਪੱਪ ਦਰਦਾ ਮਿੱਟੀ ਵੀ ਥੱਲੇ ਉਹ ਭੂਆ ਭੂਆ ਕਰਦੀ ਆ, ਹਾਏ ਭੂਆ ਹਾਏ ਭੂਆ, ਕਿਉਂਕਿ ਮੁੰਡਾ ਬੱਬਰ ਸ਼ੇਰ ਆ, ਬੱਬਰ ਸ਼ੇਰ ਅਖਾੜਿਆਂ ਦਾ। ਤੇ ਦੂਸਰੇ ਪਾਸੇ ਖੰਨੇ ਵਾਲਾ, ਵਾਹ ਖੰਨੇ ਵਾਲਿਆ। ਰੰਧਾਵਾ ਜੀ ਟੋਲੀ ਵੀਰ, ਬਈ ਟੋਲੀ, ਬਈ 16 ਮਿੰਟ ਕੁਸ਼ਤੀ ਹੋ ਚੁੱਕੀ ਹੈ, ਪਰ ਭਲਵਾਨੋ ਸਾਡੇ ਦਰਸ਼ਕ ਚਾਹੁੰਦੇ ਆ ਕਿ ਤੁਸੀਂ ਕੁਸ਼ਤੀ ਆਰ ਪਾਰ ਕਰ ਦਿਓ, ਕਿਉਂਕਿ ਦੋਨੋਂ ਤਗੜੇ ਹੈ, ਨਾ ਰੂਬਲ ਘੱਟ ਹੈ ਤੇ ਨਾ ਸ਼ਾਬਾ ਘੱਟ ਹੈ, ਮਾਮਾ ਦੇ ਬੱਬਰ ਸ਼ੇਰ ਪੁੱਤਰ ਹੈ, ਦੋਨਾਂ ਨੇ ਭਲਵਾਨੀ ਕੀਤੀ ਹੈ, ਮਿਹਨਤਾਂ ਲਾਈ ਹੈ। ਬਈ ਸਮੇਂ ਦੇ ਸਟਾਰ ਹੈ, ਦੇਖੋ ਕਿਹੜਾ ਕਿਹਨੂੰ ਢਾਏਗਾ, ਇਹ ਤਾਂ ਸਮਾਂ ਹੀ ਬਿਤਾਏਗਾ।
ਕਹਿੰਦੇ ਕੁਸ਼ਤੀ ਜਿੱਤ ਹਾਰਦੀ ਕੁਸ਼ਤੀ ਆਰ ਪਾਰਦੀ। ਬਈ ਬੁੱਢੇਵੜ ਵਾਲੇ ਡਿਮਾਂਡ ਕਰ ਰਹੇ ਨੇ ਜਿਹੜਾ ਢਾਏਗਾ ਕਹਿੰਦੇ ਅਗਲੇ 5 ਸਾਲ ਉਹਦੀ ਪੂਰੀ ਬੱਲੇ ਬੱਲੇ ਹੋਣੀ ਹੈ, ਪੂਰੀ ਬੱਲੇ ਬੱਲੇ। ਬਈ ਦਰਸ਼ਕੋ ਬਾਰ ਬਾਰ ਨਹੀਂ ਕਹਿਣਾ, ਇੱਕ ਵਾਰੀ ਤਾੜੀ ਜ਼ੋਰ ਨਾਲ ਲਾ ਦਿਓ, ਹੁਣ ਇੱਕ ਵਾਰੀ ਲਾ ਦਿਓ ਬਈ ਜ਼ੋਰ ਨਾਲ ਤਾੜੀ, ਲਾ ਦਿਓ ਤਾੜੀ, ਵਾਹ। ਉੱਧਰ ਸਾਡੇ ਰੰਧਾਵਾ ਜੀ ਮੋਬਾਈਲ ਦੇ ਵਿੱਚ ਕੈਦ ਕਰਦੇ ਹੋਏ ਭਲਵਾਨਾਂ ਨੂੰ, ਕਿਤੇ ਸਾਡੀ ਵੀ ਫੋਟੋ ਖਿੱਚ ਲੈ ਰੰਧਾਵਾ ਜੀ, ਕਿਤੇ ਸਾਡੇ ਵੱਲ ਵੀ ਥੋੜ੍ਹਾ ਜਿਹਾ ਮੋਬਾਈਲ ਘੁਮਾ ਲਓ ਮਹਾਰਾਜ। ਮੋਨੂ ਵੀਰ ਤੇਰੀ ਦਾ ਹੈਲੋ ਅਮਰੀਕਾ ਪਹੁੰਚ ਗਈ ਆ, ਹੈਲੋ ਜਿਹੜੀ ਗਈ ਤੋੜੇ ਅਮਰੀਕਾ ਪਹੁੰਚ ਗਈ ਆ। ਲਓ ਸਿਰੇ ਦੀ ਗੱਲ ਅੱਜ ਬੁੱਢਾਬੜ ਦਾ ਦੰਗਲਾ, ਤੇ ਬਈ ਦੁਨੀਆ ਦਾ ਇਕੱਠ ਜਿਹੜਾ ਹਰ ਸਾਲ ਇੱਕ, ਮੈਂ ਹੋਰ ਗੱਲ ਬੁੱਢਾਬੜ ਬੜੇ ਦੀ ਸੁਣੀ ਆ, ਲੀਜੀਆ ਦੀ ਰਾਜਧਾਨੀ। ਸਾਨੂੰ ਵੀ ਕਿਤੇ ਖੜਾ ਦਿਓ, ਸਾਨੂੰ ਵੀ ਕਿਤੇ ਬਜ਼ੁਰਗੋ ਖੜਾ ਦਿਓ। ਰੰਧਾਵਾ ਜੀ ਟਰੱਕ ਭਰ ਕੇ ਜਾਂਦੇ ਟਰੱਕ ਲੀਜੀਆ ਦੇ, ਆਹ ਲੀਜੀਆ ਦੀ ਰਾਜਧਾਨੀ ਦੇ ਪ੍ਰਧਾਨ ਵੀ ਦੇਖ ਲਓ ਸਿਰੇ ਦੇ ਸੱਦੇ ਆ, ਤੇ ਰੁਮਾਲੀ ਵੀ 1,01,000। ਬੜੇ ਬੜੇ ਕਬੱਡੀ ਕੱਪਾਂ ਚ ਪ੍ਰਾਈਜ਼ ਰੱਖਿਆ ਜਾਂਦਾ, ਮਾਲਵਾ ਟੀਵੀ ਵਾਲੇ ਇੱਦਾਂ ਹੀ ਆ ਨਾ, ਤੁਸੀਂ ਰੋਜ਼ ਕਬੱਡੀ ਕੱਪਾਂ ਚ ਹੁੰਦੇ ਆ, ਇਹ ਪ੍ਰਾਈਜ਼ ਰੱਖੇ ਜਾਂਦੇ। ਤੇ ਅੱਜ ਬੁੱਢਾਬੜ ਵਾਲਿਆਂ ਨੇ ਕਸਰ ਨਹੀਂ ਛੱਡੀ ਬਾਈ, ਕਸਰ ਨਹੀਂ ਛੱਡੀ। ਆਹ ਦੇਖ ਲਓ ਸਾਬੇ ਵੱਲ ਮੁੰਡਾ ਐਨ ਪੂਰਾ ਪੱਬਾਂ ਭਾਰ, ਕਹਿੰਦੇ ਪੂਰਾ ਸਵੇਲੇ ਸੋ ਛੋਰਾ ਪੱਬਾਂ ਦਾ ਜ਼ੋਰ ਦਿਖਾਈ ਜਾ ਰਿਹਾ, ਤੇ ਖੰਨੇ ਵਾਲਾ ਰੂਬਲ ਵੀ ਭਰਥੂ ਬਾਈ ਜਾ ਰਿਹਾ, ਭਰਥੀ ਬਾਈ ਜਾ ਰਿਹਾ। ਵਾਹ ਜੀ ਬਈ ਜਿਹੜਾ ਰੂਬਲ ਹੈ ਰੰਧਾਵਾ ਜੀ, ਕਹਿੰਦੇ ਕਿ ਆਰਮੀ ਦੇ ਵਿੱਚ ਭਲਵਾਨੀ ਕਰਕੇ ਸੂਬੇਦਾਰ ਭਰਤੀ ਹੋਇਆ, ਕਿਉਂਕਿ ਬੜੀ ਮਿਹਨਤ ਹੈ ਇਹਨਾਂ ਨੌਜਵਾਨਾਂ ਦੀ। ਇਸ ਭਲਵਾਨੀ ਕਰਕੇ ਨੌਜਵਾਨੋ ਨਸ਼ੇ ਛੱਡ ਦਿਓ, ਕਿਉਂਕਿ ਇਸ ਨਸ਼ਿਆਂ ਨੇ ਮੇਰੇ ਪੰਜਾਬ ਨੂੰ ਐਸਾ ਖਾ ਲਿਆ, ਇਸ ਚਿੱਟੇ ਦੀ ਲਾਲਤ ਨੇ। ਵਾਹ ਇੱਧਰਲੇ ਪੱਖੇ, ਗੱਲ ਤੇ ਗੱਲ ਬਈ ਨੋਟ ਕਰੋ, ਮੇਰਾ ਪਿੰਡ ਰੰਧਾਵਾ ਤੇ ਸੂਹੇ ਤੇ ਕੜਦੀ ਬਾਲ ਦੇ ਵਿੱਚ ਮਿਲ ਵਾਲਾ ਅਗਲਾ ਹੀ ਮਹੀਨਾ 7 ਅਕਤੂਬਰ ਨੂੰ 57 ਕਿਲੋ ਭਾਰ ਵਰਗ ਕਲੱਬ ਤੇ 72 ਕਿਲੋ ਭਾਰ ਵਰਗ ਦੇ ਮੈਚ ਆ, 8 ਨੂੰ ਕਬੱਡੀ ਦਾ ਵੱਡਾ ਕੱਪਾ, 51-41 ਪ੍ਰਾਈਜ਼, 8 ਨੂੰ ਸੋਨੇ ਦੀਆਂ ਮੁੰਦੀਆਂ। ਲਓ ਖੰਨੇ ਵਾਲਾ ਰੂਬਲ ਤੇ ਕੋਹਾਲੀ ਵਾਲਾ ਸਾਬਾ, ਆ ਮੈਨੂੰ ਲੱਗਦਾ ਕਿ 6-6 ਕਿਲੋ ਮਿੱਟੀ ਭਲਵਾਨਾਂ ਦੇ ਪਿੰਡੇ ਤੇ ਪੈ ਗਈ ਆ ਬਈ। ਜ਼ੋਰ ਆ ਜ਼ੋਰ, ਕਈ ਜ਼ੋਰਾਂ ਵਾਲਿਆਂ ਨੂੰ ਦੁਨੀਆਂ ਸਲਾਮ ਕਰਦੀ, ਇਹ ਮੁੰਡਿਆਂ ਨੂੰ ਸਲਾਮ ਕਰਦੀ ਆ, ਸਲਾਮ ਕਰਦੀ ਆ। ਇੱਕ ਇੱਕ ਜ਼ੋਰ ਇਹ ਅਖਾੜਿਆਂ ਚ ਕੰਮ ਦਿੰਦਾ, ਉਸਤਾਦ ਦੇ ਦੱਸੇ ਗੁਰ ਲਵੇ ਕੋਹਲੀ ਵਾਲਿਆ। ਕਰਜਾ ਗੱਲ ਵੱਖਰੀ, ਅੱਜ ਕਰਜਾ ਗੱਲ ਵੱਖਰੀ ਤੇ ਗੱਲ ਮੋਨੂ ਦੀ। ਵਾਹ ਭਲਵਾਨ ਜੀ, ਕੋਈ ਦਾ ਭੇਜ ਲਓ ਬਈ, ਸਮੇਂ ਦੇ ਸਟਾਰ ਦੁਨੀਆ ਦੇਖ ਰਹੀ ਹੈ, ਜਾਂ ਤਾਂ ਦੁਨੀਆ ਚੰਗੇ ਇਨਸਾਨਾਂ ਨੂੰ ਯਾਦ ਕਰਦੀ ਹੈ ਜਾਂ ਚੰਗੇ ਭਲਵਾਨਾਂ ਨੂੰ। ਬੁੱਢੇਬੜ ਦਾ ਸਿੰਜ ਮੇਲਾ, ਦੁਨੀਆ ਪੱਬਾਂ ਦੇ ਪਾਰ ਹੋ ਗਈ ਹੈ, ਦੇਖ ਰਹੇ ਆ ਅਖਾੜੇ ਵਿੱਚ ਕਿ ਬੱਬਰ ਸ਼ੇਰਾਂ ਦੀ ਟੱਕਰ ਹੈ। ਕਹਿੰਦੇ 5, 6 ਤਾਂ 7 ਬੁੱਢੇਬੜ ਦੇ ਵਿੱਚ ਟੂਰਨਾਮੈਂਟ ਕਬੱਡੀ ਦਾ ਹੋਏਗਾ, ਪੰਚਾਇਤ ਟੂਰਨਾਮੈਂਟ, 5, 6, 7। ਵਾਹ ਉੱਧਰਲੇ ਪੱਖੇ ਰੂਬਲ ਹੈ, ਰੂਬਲ ਵੀ ਘੱਟ ਨਹੀਂ, ਸਮੇਂ ਦਾ ਸਟਾਰ ਹੈ, ਛਾਬਾ ਵੀ ਘੱਟ ਨਹੀਂ, ਛਾਬਾ ਵੀ ਘੱਟ ਨਹੀਂ। ਵਾਹ ਵਾਹ ਪੂਰੀ ਬੱਲੇ ਬੱਲੇ, ਵਾਹ ਨਹੀਂ ਰਿਸਾ ਕਿ ਦੁਨੀਆ ਫੈਨ ਹੈ ਯਾਰਾਂ ਦੀ, ਯਾਰ ਫੈਨ ਉਹਦੀਆਂ ਦਾਤਾਂ ਦੇ। ਅੱਜ ਬੁੱਢੇਬੜ ਦੀ ਧਰਤੀ ਤੇ ਨੌਜਵਾਨ ਖੁੱਚ ਪੁੱਟਣ ਦੀ ਕੋਸ਼ਿਸ਼ ਕਰਦਾ ਹੋਇਆ, ਇਹ ਹੈ ਸਾਨਾ ਵਾਲਾ ਪੇੜ, ਇਹ ਹੈ ਸਾਨਾ ਵਾਲਾ ਪੇੜ। ਹਾਏ ਰੱਬਾ, ਹਾਂਜੀ ਰੰਧਾਵਾ ਜੀ, ਸਾਨਾ ਵਾਲਾ ਪੇੜ ਆ ਬਾਕੀ ਸਾਨਾ ਵਾਲਾ। ਟੋਨੀ ਵੀ ਕਹਿੰਦਾ ਜੇ ਬਰਾਬਰ ਤੇ ਰਹਿ ਗਿਆ ਮੈਂ 3,000 ਨਹੀਂ ਦੇਣਾ, 3,000 ਨਹੀਂ ਦੇਣਾ ਆਪਾਂ। ਸੋ ਇਹ ਕਿਉਂਕਿ ਆਰ ਪਾਰ ਦਾ ਫੈਸਲਾ, ਸੋ ਆਰ ਪਾਰ ਦਾ ਫੈਸਲਾ ਜਿਹੜਾ ਉਹ ਹੋਊਗਾ ਖੰਨੇ ਵਾਲਾ ਰੂਬਲ ਤੇ ਨਾਲ ਕਹਾਲੀ ਵਾਲਾ ਸਾਬਾ। ਰਿਕਾਰਡ ਵੀ ਟੁੱਟ ਗਏ ਸਾਰੇ ਸੰਗਤ, ਹਰ ਸਾਲ ਵੱਧ ਚੜ ਕੇ, ਤੇ ਜਿਹੜਾ ਦੁਸਹਿਰਾ ਹੁੰਦਾ ਆ ਪਿੰਡ ਦਾ ਕਿਆ ਰਿਕਾਰਡ ਤੋੜਦਾ, 25-30,000 ਤੱਕ ਸੰਗਤ ਪਹੁੰਚ ਜਾਂਦੀ ਆ। ਬੁੱਢਾਬੜ ਦਾ ਜਿਹੜਾ ਦੁਸਹਿਰਾ ਮੰਨਿਆ ਜਾਂਦਾ, ਤੇ ਅੱਜ ਭਲਵਾਨਾਂ ਦੀ ਕੁਸ਼ਤੀ। ਉਹ ਬਈ ਜਿਹੜੇ ਤਾਂ ਕੁਸ਼ਤੀ ਚਾਹੁੰਦੇ ਆ ਫੈਸਲਾ ਆਰ ਪਾਰ ਹੋਵੇ, ਉਹ ਤਾੜੀ ਖੁੱਲ ਕੇ ਮੰਨਗੇ, ਖੁੱਲ ਕੇ ਮੰਨਗੇ, ਖੁੱਲ ਕੇ ਮੰਨਗੇ, ਖੁੱਲ ਕੇ ਮੰਨਗੇ। ਆਹਾ ਕਮਾਲ ਹੋ ਗਏ ਬਈ, ਕਮਾਲ ਹੋ ਗਈ, ਇਸ ਵੇਲੇ ਐਨ ਕਮਾਲ ਹੋਈ ਪਈ ਆ। ਕੋਹਾਲੀ ਵਾਲਾ ਸਾਬਾ, ਨੀਲੀ ਗੈਂਚ ਦਾ ਰੰਗ ਵੀ ਨਹੀਂ ਹੁਣ ਪਤਾ ਲੱਗਦਾ, ਕਿਉਂਕਿ ਮਿੱਟੀ ਦੇਖ ਲਓ ਕਿੰਨੀ ਚੜ ਗਈ ਆ। ਤੇ ਇਧਰਲੀ ਸਾਈਡ ਖੰਨੇ ਵਾਲਾ ਰੂਬਲ ਆ ਮੁੰਡਾ,
ਜਿਲੇ ਲੁੱਟੇ ਖਾਣੇ ਵਾਲਾ ਰੰਧਾਵਾ ਜੀ ਜਿਹੜਾ ਦੁਸਹਿਰਾ ਹੁੰਦਾ ਨਾ ਬੁੱਢੇਬੜ ਦੇ ਵਿੱਚ ਕਹਿੰਦੇ ਵੀ 129 ਸਾਲ ਹੋ ਗਏ ਦੁਸਹਿਰਾ ਮਨਾਉਂਦਿਆਂ ਨੂੰ ਬੁੱਢੇਬੜ ਦੀ ਧਰਤੀ ਦੇ ਇੱਧਰ ਨੌਜਵਾਨ ਰੂਪਲ ਖੰਨਾ ਕਿ ਵਾਹ ਕਦੇ ਸੱਜੇ ਕਦੇ ਖੱਬੇ ਬੱਬਰ ਸ਼ੇਰਾਂ ਦੀ ਟੱਕਰ ਹੈ ਇਹਨਾਂ ਪਲੇਅਰਾਂ ਦੀ ਟੱਕਰ ਹੈ ਕਿ ਮਿੱਟੀ ਦੇ ਨਾਲ ਮਿੱਟੀ ਹੋਣਾ ਪੈਂਦਾ ਮਿੱਟੀ ਦੇ ਨਾਲ ਮਿੱਟੀ ਹੋਣਾ ਪੈਂਦਾ ਮਾਸਟਰ ਜੀ ਗੱਲਾਂ ਕਰਨੀਆਂ ਸੌਖੀਆਂ ਪਰ ਭਲਵਾਨੀ ਕਰਨੀ ਬੜੀ ਔਖੀ ਹੈ ਅਖਾੜੇ ਵਿੱਚ ਕੋਈ 5 ਮਿੰਟ ਖੜ ਕੇ ਦੇਖੇ ਉੱਧਰ ਨੌਜਵਾਨ ਅਟੈਕ ਕਰਦਾ ਹੋਇਆ ਮੈਂ ਫਿਰ ਤੋਂ ਪਿੰਡ ਬੁੱਢੇਬੜ ਨੂੰ ਲੱਖ ਲੱਖ ਵਧਾਈ ਦਿੰਦਾ ਸਾਰੇ ਆਏ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਿੰਝ ਮੇਲੇ ਦੀ ਰੌਣਕ ਨੂੰ 4 ਚੰਦ ਲਾਏ ਨੇ ਅੱਜ ਬੁੱਢੇਬੜ ਪਿੰਡ ਲੈ ਬਈ ਆਓ ਦੇਖ ਲਾ ਪਰਲੇ ਪਾਸੇ ਕੋਹਾਲੀ ਵਾਲਾ ਸਾਬਾ ਭੰਗੜੇ ਮਾਰਿਆ ਜੇ ਭੰਗੜਾ ਚੰਗਾ ਲੱਗਦਾ ਤਾਂ ਤਾੜੀ ਮਾਰੋ ਖੁੱਲ ਕੇ ਸਾਬੇ ਦੇ ਆਓ ਦੇਖ ਲਓ ਪਰਲੀ ਸਾਈਡ ਪੱਬਾਂ ਦੇ ਭਾਰ ਆਈ ਤੇ ਖੰਨੇ ਵਾਲਾ ਰੂਪਰ ਵੀ ਆਓ ਦੇਖ ਲਓ ਆ ਗਿਆ ਐਕਸ਼ਨ ਦੇ ਵਿੱਚ ਆ ਗਿਆ ਐਕਸ਼ਨ ਦੇ ਵਿੱਚ ਬਈ ਕੁਸ਼ਤੀ ਨੇ ਦੁਨੀਆ ਬੰਨਦੀ ਆ ਜਿੱਥੇ ਖੜੇ ਆ ਜਿੱਥੇ ਬੈਠੇ ਆ ਉੱਥੇ ਹੀ ਦੁਨੀਆ ਬੈਠੀ ਲਓ ਬੱਲੇ 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 ਬਈ ਤਾੜੀ ਲਾ ਦਿਓ ਤਾੜੀ ਤਾੜੀ ਲਾ ਦਿਓ ਤਾੜੀ ਲਾ ਦਿਓ ਤਾੜੀ ਲਾ ਦਿਓ ਵਾਹ ਕੇ ਫਸ ਗਈ ਜਾਨ ਸਿਕੰਜੇ ਅੰਦਰ ਜੋ ਪੇਲਣ ਵਿੱਚ ਗੰਨਾ ਕੇ ਰੋ ਨੂੰ ਆਖੇ ਰੋ ਮੁਹੰਮਦ ਜੇ ਢਾਏ ਤਾਂ ਮੰਨਾ ਇੱਕ ਪੱਖੇ ਰੂਪਲ ਹੈ ਦੂਜੇ ਪੱਖੇ ਸ਼ਾਬਾ ਕੁਹਾੜੀ ਵਾਹ ਵੱਡਾ ਯੁੱਧ ਹੋ ਰਿਹਾ ਵੱਡਾ ਮੁਕਾਬਲਾ ਹੋ ਰਿਹਾ ਬੁੱਢੇਬੜ ਦੀ ਧਰਤੀ ਤੇ ਬੁੱਢੇਬੜ ਦੀ ਧਰਤੀ ਤੇ ਲੱਗੀਆਂ ਹੋਈਆਂ ਰੌਣਕਾਂ ਹਾਂਜੀ ਰੰਧਾਵਾ ਜੀ ਸਮਾਂ ਨੋਟ ਕਿੱਧਰ ਕੀਤਾ ਜੀ ਸਮਾਂ ਦੇਖੋ ਸਮਾਂ ਹਾਂਜੀ ਹਾਂਜੀ ਬਿਲਕੁਲ ਨੋਟ ਹੈ ਜੀ ਨੋਟ ਹੈ 5 ਮਿੰਟ ਦਾ ਸਮਾਂ ਕਿੰਨਾ ਸਮਾਂ ਜੀ 5 ਮਿੰਟ ਹੋਰ 5 ਮਿੰਟ ਰਹਿ ਗਏ ਹਾਂਜੀ ਹਾਂਜੀ ਉਹ ਜਿਹੜੇ 5 ਮਿੰਟ 'ਚ ਫੈਸਲਾ ਚਾਹੁੰਦੇ ਨੇ ਸਰਕਾਰਾ ਬਈ 1 ਮਿੰਟ ਜੀ 2 ਮਿੰਟ ਹੈ 2 ਮਿੰਟ ਦਾ ਟਾਈਮ ਹੈ ਪਹਿਲੇ ਫਾਈਨਲ ਕਰੋ ਦੱਸੋ ਜੀ 2 ਜਦੋਂ ਆਖਰੀ ਅਜੇ ਜੀ 1 ਮਿੰਟ ਲਿਆਓ ਮੇਰੇ ਕੋਲ 1 ਮਿੰਟ ਦੌੜ ਕੇ ਆਓ ਮੇਰੇ ਕੋਲ ਹਾਂਜੀ ਬਿਲਕੁਲ ਆਪਾਂ 1 ਮਿੰਟ 1 ਮਿੰਟ ਲਓ ਜੀ 2 ਮਿੰਟ ਦਾ ਸਮਾਂ ਹੁਣ ਜਿਹੜਾ ਪਹਿਲੇ ਸਮਾਂ ਕਹਿੰਦੇ ਬਈ 2 ਮਿੰਟ ਦਾ ਰਹਿ ਗਿਆ ਇਸ ਤੋਂ ਬਾਅਦ ਅਸੀਂ ਦੇਖਾਂਗੇ ਕਮੇਟੀ ਵਾਲੇ ਲਓ ਬਈ ਜਿਹੜੇ 2 ਮਿੰਟ 'ਚ ਫੈਸਲਾ ਚਾਹੁੰਦੇ ਤਾਂ ਹੁਣ ਤਾਂ ਲਲਕਾਰਾ ਵੱਜਣਾ ਚਾਹੀਦਾ ਮਾਰੋ ਖੁੱਲ ਕੇ ਲਲਕਾਰਾ ਬੱਲੇ 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 ਨਹੀਂ ਰਿਸਾ ਵਾਹ ਅੱਤ ਹੋਈ ਬਈਆ ਅੱਤ ਮੁੰਡੇ ਫੇਸਬੁੱਕ ਤੇ ਲਿਖਦੇ ਨੇ ਕਮੈਂਟ ਸਿਰਾ ਅੱਤ ਕੋਕਾ ਘੈਟ ਅੱਜ ਅੱਤ ਹੋਈ ਬਈਆ ਪੂਰੀ ਅੱਤ ਮੁੰਡੇ ਭਲਵਾਨਾਂ ਨੇ ਭਲਵਾਨੀ 'ਚ ਸਿਰਾ ਕਰਾਇਆ ਇੱਕ ਪਾਸੇ ਰੁਸਤਮੇ ਹਿੰਦ ਪਦਾਰਥ ਭਲਵਾਨ ਦਾ ਸੋ ਆਹ ਅਖਾੜੇ ਦਾ ਵੱਡਾ ਮਾਲਾ ਕੋਹਾਲੀ ਵਾਲਾ ਸਾਬਾ ਦੂਜੇ ਪਾਸੇ DSP ਸਾਹਿਬ ਸਾਡੇ ਸੋ ਮੁਕੇਸ਼ ਜੀ ਖੰਨੇ ਵਾਲੇ ਪਹੁੰਚਿਆ ਆਪਣਾ ਯੋਧਾ ਲੈ ਕੇ ਖੰਨੇ ਵਾਲਾ ਰੂਪਲ ਵਾਹ ਉਹ ਖੰਨੇ ਬਲਿਆ ਵਾਹ ਉਹ ਖੰਨੇ ਬਲਿਆ ਐਨ ਕਹਿੰਦੇ ਸਿਰਾ ਹੋਇਆ ਪਿਆ ਬਈ ਕੁਸ਼ਤੀ ਦਾ ਸਿਰਾ ਇਹਨੂੰ ਕਹਿੰਦੇ ਸਿਰਾ ਮੁੰਡੇ ਪੱਲ ਤੇ ਵੱਡੀ ਜਿਹੜੀ ਇਸ ਵੇਲੇ ਦੰਗਲ 1,00,000 ਦੀ ਝੰਡੀ ਜਿਹੜੀ ਚੱਲ ਰਹੀ ਆ 1,00,000 ਬਾਈ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਪਲੀਜ਼ ਕੋਈ ਵੀ ਵੀਰ ਆਪਣੀ ਜਗ੍ਹਾ ਤੋਂ ਉੱਠੇ ਨਾ ਬਈ ਕੋਈ ਵੀ ਮੇਰਾ ਵੀਰ ਆਪਣੀ ਜਗ੍ਹਾ ਤੋਂ ਨਾ ਉੱਠੇ 1 ਮਿੰਟ ਜੀ ਸੁਣੋ ਫੈਸਲਾ ਪ੍ਰਬੰਧਕ ਕਮੇਟੀ ਦਾ ਹਾਂਜੀ ਪ੍ਰਧਾਨ ਜੀ ਦੱਸੋ 3 ਮਿੰਟ ਜਿਹੜਾ ਭਲਵਾਨ 3 ਮਿੰਟ ਦੇ ਵਿੱਚ ਥੱਲੇ ਰੱਖ ਗਿਆ ਜਾਂ ਗੋਡੇ ਲਾ ਗਿਆ ਉਹ ਵਿਨਰ ਹੋਊਗਾ ਜੀ ਆ ਉੱਪਰ ਵਾਲਾ ਵਿਨਰ ਹੋਊਗਾ ਜੀ ਬਈ 3 ਮਿੰਟ ਦੇ ਵਿੱਚ ਜਿਹੜਾ ਭਲਵਾਨ ਦੂਸਰੇ ਭਲਵਾਨ ਨੂੰ ਗੋਡਿਆਂ ਬਾਹਰ ਕਰ ਗਿਆ ਨਾ ਗੋਡੇ ਥੱਲੇ ਲਾ ਗਿਆ ਉੱਪਰਲਾ ਭਲਵਾਨ ਜਿਹੜਾ ਉਹਨੂੰ ਜੇਤੂ ਕਰਾਰ ਦਿੱਤਾ ਜਾਣਾ ਬਈ ਜੇਤੂ ਕਰਾਰ ਦਿੱਤਾ ਜਾਣਾ ਜੇ ਦਾ ਫੈਸਲਾ ਮਨਜ਼ੂਰ ਹੈ ਤਾਂ ਮਰੋ ਲਲਕਾਰਾ ਬੁੱਢਾਬੜ ਬੁੱਢਾਬੜ ਮਕੇਰੀਆਂ ਹਲਕਾ ਜ਼ਿਲ੍ਹਾ ਹੁਸ਼ਿਆਰਪੁਰ ਅੱਤ ਹੋਈ ਪਈ ਆ ਪੂਰਾ ਸਿਰਾ ਲਓ ਜੀ ਨੋਟ ਕਰ ਲਓ ਸਮਾਂ ਨੋਟ ਕਰ ਲਓ ਐਨ ਬੱਲੇ ਬੱਲੇ ਹੋਈ ਪਈ ਪਿੱਛੇ ਹੋ ਜਾ ਬਈ ਪਿੱਛੇ ਪਿੱਛੇ ਹੋਵੋ ਬਈ ਸਾਰੇ ਪਿੱਛੇ ਹੋ ਜਾ ਪਲੀਜ਼ ਭਾਜੀ ਪਲੀਜ਼ ਜੇ ਕੋਈ ਯਾਦ ਕਰੋ ਤਾਂ ਪਿਛਲੇ ਤੋਂ ਪਿਛਲੇ ਸਾਲ ਦੇ ਵੀ ਰਿਕਾਰਡ ਟੁੱਟੇ ਸੀਗੇ ਸੋ ਜਿਹੜਾ ਦੰਗਲ ਸੀਗਾ
ਉਹਦੇ ਵਿੱਚ ਰਿਕਾਰਡ ਟੁੱਟੇ ਪਏ ਸੀਗੇ ਹੈਲੋ ਐਨ ਕਮਾਲ ਰੰਦਾਵਾ ਜੀ ਕਿ 3 ਮਿੰਟ ਦਾ ਸਮਾਂ ਕੁਸ਼ਤੀ ਪੁਆਇੰਟ ਦੇ ਉੱਪਰ ਜਿਹੜਾ ਨੌਜਵਾਨ 3 ਮਿੰਟ ਦੇ ਵਿੱਚ ਪਹਿਲਾ ਪੁਆਇੰਟ ਲੇਗਾ ਉਹ ਅੱਜ ਬੁੱਢੇਬੜ ਦਾ ਕੇਸਰੀ ਬਣ ਜਾਏਗਾ ਕਿਹੜਾ ਬੁੱਢੇਬੜ ਕੇਸਰੀ ਬਣੇਗਾ ਕਿਹਦੇ ਹੱਥ ਦੇ ਵਿੱਚ ਅੱਜ ਝੰਡੀ ਦੀ ਕੁਸ਼ਤੀ ਜਾਏਗੀ ਮਨੁਵੀਰ ਲਓ ਸਮਾਂ ਸਟਾਰਟ ਹੋਣ ਲੱਗਾ ਬਈ ਤੁਸੀਂ ਜੀ ਦੱਸ ਦੇਣਾ ਜੇ ਬਾਜੀ ਲਓ ਲਓ ਸਮਾਂ ਸਟਾਰਟ 3 ਮਿੰਟ ਦਾ ਸਮਾਂ ਸਟਾਰਟ ਸਾਨੂੰ ਦੱਸਣ ਦੀ ਲੋੜ ਕੋਈ ਨਾ ਸਾਡੇ ਸੋਹਣਿਆ ਰਿਕਾਰਡ ਬੋਲਦੇ ਇੱਕ ਮਿੰਟ ਮਰੂ ਲਓ ਬਈ ਸਮਾਂ ਸ਼ੁਰੂ ਹੋਣ ਲੱਗਾ ਲਓ ਇੱਕ ਦੋ ਤਿੰਨ ਲਓ ਸਮਾਂ ਸਟਾਰਟ ਆਹ ਦੇਖ ਲਓ 3 ਮਿੰਟ ਦੇ ਵਿੱਚ ਸੋ ਜਿਹੜਾ ਪਹਿਲਵਾਨ ਕਹਿੰਦੇ ਸੋ ਗੋਡਿਆਂ ਭਾਰ ਗੋਡੇ ਥੱਲੇ ਲਾ ਗਿਆ ਜਿਹੜੇ ਦੂਸਰੇ ਪਹਿਲਵਾਨ ਦੇ ਉੱਪਰ ਵਾਲੇ ਨੂੰ ਜੇਤੂ ਕਰਾਰ ਦਿੱਤਾ ਜਾਣਾ ਬਈ ਸਿਰਾ ਇਹਨੂੰ ਕਹਿੰਦੇ ਸਿਰਾ ਵਾਹ ਨਹੀਂ ਬਾਈ ਬੈਠ ਜਾਓ ਯਾਰ ਪਲੀਜ਼ ਭਾਜੀ ਕੋਚ ਸਾਹਿਬ ਪਲੀਜ਼ ਆਪ ਥੋੜਾ ਪਿੱਛੇ ਦੇਖ ਰਹੇ ਉਹ ਬਈ 1,04,000 ਦੀ ਕੋਤੀ ਆ ਮਹਾਰਾਜ ਰੌਲਾ ਰੂਲਾ ਮਾਲਾ ਵਾਹ ਜੀ ਬਹੁਤ ਅੱਛੇ ਬਈ ਜੇ ਕੁਸ਼ਤੀ ਦਾ ਸਵਾਦ ਆ ਰਿਹਾ ਤਾੜੀ ਵੀ ਜ਼ੋਰ ਨਾਲ ਲਾਓ ਯਾਰ ਇੱਕ ਵਾਰੀ ਤਾੜੀ ਵੀ ਲਾਓ ਜ਼ੋਰ ਨਾਲ ਵਾਹ ਇਹ ਨਾਮੀ ਭਲਵਾਨ ਹੈ ਬਈ ਵਿਸ਼ੂ ਜੀ ਗੱਲਾਂ ਕਰਨੀਆਂ ਸੌਖੀਆਂ ਭਲਵਾਨੀ ਪੰਜਾਬ ਗੌਰਮੈਂਟ ਦੇ ਮਾਨਤਾ ਪ੍ਰਾਪਤ ਰਾਜਕੁਮਾਰ ਰਾਜੂ ਜੀ ਕੱਲ੍ਹ ਅਖਬਾਰਾਂ 'ਚ ਗੱਲ ਕਰਨਗੇ ਸੋ ਆਹ ਦੰਗਲ ਜਿਹੜਾ ਸੋ ਇਹ ਬੁੱਢਾਬੜ ਦਾ ਦੰਗਲ ਕਮਾਲ ਹੋਈ ਪਈ ਬਈ 3 ਮਿੰਟ ਦੇ ਸਮੇਂ 'ਚ ਉਲਟੀ ਦਿਸ਼ਾ 'ਚ ਕਰੀ ਕਮਾਲ ਹੋਈ ਪਈ ਆ ਬਈ ਐਨ ਸਿਰਾ ਹੁਣ ਦੇਖ ਲਓ ਭਲਵਾਨਾਂ ਦੇ ਐਕਸ਼ਨ ਵੀ ਚੇਂਜ ਹੋ ਗਏ ਜੋਸ਼ ਵੀ ਲੱਗਾ ਮੁੰਡੇ ਦੇਖ ਲਓ ਪੂਰੀਆਂ ਨਜ਼ਰਾਂ ਵੀ ਐਨ ਟਕਾਈਆਂ ਹੋਈਆਂ ਬਈ ਕਿਹੜਾ ਦਾ ਬਾਹਰਲੀ ਕੰਨੀ ਅੰਦਰਲੀ ਕੰਨੀ ਧੋਬੀ ਪਟਾਕ ਜਾਂ ਕਿਹੜਾ ਦਾ ਲਾ ਦਈਏ ਬੋਲੀ ਬਈ ਰੰਧਾਵਾ ਜੀ 1 ਮਿੰਟ ਹੋ ਗਿਆ ਬਈ 2 ਮਿੰਟ ਦਾ ਸਮਾਂ ਬਾਕੀ ਹੈ 2 ਮਿੰਟ ਦਾ ਸਮਾਂ ਬਾਕੀ ਕੁਸ਼ਤੀ ਪੁਆਇੰਟ ਤੇ 1.5 ਮਿੰਟ ਰਹਿ ਗਿਆ ਬਈ ਆਇਓ ਮੇਰੇ ਰੱਬਾ ਇਹ ਬੁੱਢੇਬੜ ਵਾਲਿਆਂ ਨੇ ਅੱਜ ਤਨ ਤਨ ਕਰਾਈ ਹੈ ਤਨ ਤਨ ਕਰਾਈ ਹੈ 1.5 ਮਿੰਟ ਬਚਿਆ ਵਾਹ ਵਾਹ ਜੀ ਆਇਓ ਕਰੰਟ ਕੁਸ਼ਤੀ ਦੇ ਵਿੱਚ ਵਾਹ ਨਹਿਰੀਸਾ ਬਈ ਲਲਕਾਰਾ ਜ਼ੋਰ ਨਾਲ ਮਾਰ ਦਿਓ ਇੱਕ ਵਾਰੀ ਲਲਕਾਰਾ ਮਾਰ ਦਿਓ ਲਲਕਾਰਾ ਮਾਰ ਦਿਓ ਵਾਹ ਬੁੱਢੇਬੜ ਦਾ ਸਿੰਜ ਮੇਲਾ ਸਾਡੇ NRI ਵੀਰ ਜਿਨ੍ਹਾਂ ਦਾ ਵੱਡਾ ਉਪਰਾਲਾ ਵੱਡੀ ਮਿਹਨਤ ਵੱਡੀ ਸੇਵਾ ਕੀਤੀ ਹੈ ਅਖਾੜੇ ਦੇ ਵਿੱਚ ਸਾਡੇ ਟੋਨੀ ਜੀ ਲਓ 1 ਮਿੰਟ ਮੇਰਾ ਵੀ ਟੋਲੀ ਰੁਕ ਜਾਓ ਆਖਰੀ ਮਿੰਟ ਆ ਬਈ ਆਖਰੀ ਮਿੰਟ ਲਓ ਅਜੇ ਬਾਜੀ ਕਹਿੰਦੇ ਬਈ 2 ਸਾਲ ਪਹਿਲੇ ਮੰਗ ਆਖਰੀ ਮਿੰਟ ਘੁਮਾ ਦਓ 60 59 58 57 56 55 54 53 52 51 50 49 48 47 46 45 44 43 42 41 40 39 38 37 36 35 34 33 32 31 30 29 28 27 26 25 24 23 22 21 20 19 18 17 16 15 14 13 12 11 10 9 8 7 6 5 4 3 2 1 0 ਕੁਹਾਲੀ ਬਣਿਆ ਬਈ ਮੁੰਡਿਆਂ ਦੇ ਰੋਜ਼ ਦੰਗਲ ਆ ਰੋਜ਼ ਕੁਸ਼ਤੀਆਂ ਬੱਜੀਆਂ ਰਹਿੰਦੀਆਂ ਬੱਜੀਆਂ ਰਹਿੰਦੀਆਂ ਕੁਹਾਲੀ ਵਾਲਾ ਬਈ ਸਾਰਿਆਂ ਨੂੰ ਸਿੰਜ ਮੇਲੇ ਦੀ ਲੱਖ ਲੱਖ ਵਧਾਈ ਸਾਬੇ ਬਾਜੀ
ਆਪਣੀ ਕੱਲ ਵੀ ਕੁਸ਼ਤੀ ਬੱਜੀ ਰੋਜ਼ ਕਿੱਦਾਂ ਦੰਗਲ ਬੱਜੇ ਰਹਿੰਦੇ ਆ ਗੁਰੂ ਨੂੰ ਪਤਾ ਜੀ 50 ਸਾਲ ਬਿਲਕੁਲ ਬਿਲਕੁਲ ਜੀ ਰੋਜ਼ ਕੁਸ਼ਤੀਆਂ ਬੱਜੀਆਂ ਰਹਿੰਦੀਆਂ ਮੁੰਡਿਆਂ ਦੀਆਂ ਰੋਜ਼ ਹਰ ਰੋਜ਼ ਕੁਸ਼ਤੀਆਂ ਕਮਾਲ ਹੋ ਗਈ ਬਈ ਕਮਾਲ ਅੱਜ ਬੁੱਢਾ ਵੱਡਾ ਦੰਗਲ ਯਾਦਾਂ ਛੱਡ ਗਿਆ ਬਈ ਇੱਕ ਵਾਰ ਰੌਲਾ ਜਿਹਾ ਮਾਰ ਦੇ ਟੋਲੀ ਹੈਲੋ हेलो वाजी वाह बल्ले बल्ले हो गई अज बुड्ढे वर्दी धरती से वाह 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 हेलो 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 भाई एक मिनट बंद करो भाई डीजे वाले भाई हेलो 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 टोली भाई मैं इत्थे सारे का स्वागत करता जिन्होंने समय चो समा कटिया पूरे नगर नू पूरे बुढ़ेबाद नू लख लख मुबारकबाद माही टोली जी साढ़े बड़े प्यारे टोली पूरे नगर नू के जिंदे रहे तो मिलेंगे लख वारी मर गए तो दिलों पसारी ने टोली ला डगा भाई ला दे भाई डगा हुण हाजरी ला दे खिच के पल्ले